ਤੁਹਾਡੇ ਪਿੰਡ ਕਿੰਨਾ ਕੁ ਜ਼ਿਆਦਾ ਸੁਧਾਰ ਹੋਇਆ, ਕਿੰਨਾ ਕੁ ਜ਼ਿਆਦਾ ਵਿਕਾਸ ਹੋਇਆ? ਨਾ ਸੁਧਾਰ ਹੋਇਆ ਤੇ ਨਾ ਵਿਕਾਸ ਹੋਇਆ। ਜਦ ਹੀ ਸਾਡੀ ਸੁਰਤ ਆਈ ਆ, ਅਸੀਂ ਕਾਂਗਰਸ ਨੂੰ ਵੋਟ ਪਾਉਂਦੇ ਆਏ, ਕਾਂਗਰਸ ਨੂੰ ਹੀ ਪਾਉਣੀ ਆ। ਤੇ ਇਹ ਆ ਕਿ ਸਾਡਾ ਕੰਮ ਹੋਣਾ ਚਾਹੀਦਾ। ਕੁਛ ਨਵੇਂ ਚਾਰੇ ਉਹ ਵੀ ਵਾਅਦੇ ਦਾਅਵੇ ਕਰ ਰਹੇ, ਉਹਨਾਂ ਬਾਰੇ ਕੀ ਖਿਆਲ? ਕੋਈ ਖਿਆਲ ਨਹੀਂ, ਅਸੀਂ ਕਾਂਗਰਸ ਬਾਰੇ ਸੋਚਦੇ ਆ। ਸਾਨੂੰ ਇਹ ਦਾਲ ਰੋਟੀ ਦੇ ਉੱਤੇ ਇਹਨਾਂ ਨੇ ਲਾਇਆ ਹੋਇਆ ਆ ਗੌਰਮੈਂਟਾਂ ਨੇ। ਬਿਲਕੁਲ, ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਫਰੀ ਹੋਵੇ, ਇਹਨਾਂ ਨੂੰ ਨੌਕਰੀਆਂ ਹੋਣ। ਕੀ ਲੱਗਦਾ ਕਿ ਕਿਹੜੇ ਇੱਦਾਂ ਦੇ ਸੀਐਮ ਆਉਂਗੇ ਜਿਹੜੇ ਰੋਜ਼ਗਾਰ ਦੋਗੇ ਨੌਕਰੀ? ਕੋਈ ਨਹੀਂ ਲੱਗਦਾ, ਕੋਈ ਕਾਮਯਾਬ ਨਹੀਂ ਹੋਇਆ। ਗਾਂ ਚੰਨੀ ਆ ਰਿਹਾ, ਹੁਣ ਇਹਦਾ ਦੇਖਦੇ ਆ ਵੀ ਇਹ ਵਧੀਆ ਤਰੀਕੇ ਨਾਲ ਕਰਦਾ। ਲੱਗਦਾ ਕਿ ਜਿਹੜੇ ਵਾਅਦੇ ਆ ਚੰਨੀ ਸਾਹਿਬ ਨੇ ਕੀਤੇ ਉਹ ਪੂਰੇ ਹੋਣਗੇ? ਹੁਣ ਅਸੀਂ ਕਰਾਵਾਂਗੇ ਦਾਅਵੇ, ਅਸੀਂ ਪੂਰੇ ਸਾਡੇ ਹੋਣੇ ਚਾਹੀਦੇ। ਤੇ ਸਰ ਜਿਹੜੀ ਆਪਾਂ ਵੋਟ ਪਾਵਾਂਗੇ ਵਿਕਾਸ ਨੂੰ, ਪਾਵਾਂਗੇ ਵਿਕਾਸ ਕਾਰਿਆਂ ਨੂੰ, ਨੌਕਰੀਆਂ ਨੂੰ, ਜਾਂ ਸਿਰਫ ਬਰਾਦਰੀ ਨੂੰ ਦੇਖਦੇ ਹੋਏ? ਦੇਖੋ ਬਰਾਦਰ, ਜੇ ਸਾਡਾ ਅਸੀਂ ਉਹਨਾਂ ਨਾਲ ਜੁੜੇ ਹੋਏ ਨਾ ਤਾਂ ਵਿਕਾਸ ਹੋਊਗਾ, ਵਿਕਾਸ ਹੋਊਗਾ। ਕੈਪਟਨ ਨੇ ਪੱਠਾ ਬਿਠਾ ਦਿੱਤਾ ਸਾਡਾ। ਬਿਲਕੁਲ, ਹੁਣ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਹੜੇ ਪੜ੍ਹ ਲਿਖ ਕੇ ਉਦਾਂ ਵਿਚਾਰੇ ਤੁਰੇ ਫਿਰਦੇ ਆ। ਸਮਾਂ ਆ ਜਿਸ ਹਿਸਾਬ ਦੇ ਨਾਲ ਚੰਨੀ ਸਾਹਿਬ ਉਹਨੇ ਕੰਮ ਕਰ ਰਹੇ ਨੇ, ਉਸ ਹਿਸਾਬ ਦੇ ਨਾਲ ਤਾਂ ਐਤਕੀ ਕਾਂਗਰਸ ਹੀ ਜਿੱਤਣੀ ਚਾਹੀਦੀ ਹੈ। ਗੱਲ ਕਰੀਏ ਆਪਾਂ ਰੋਜ਼ਗਾਰ ਦੀ ਜਾਂ ਐਜੂਕੇਸ਼ਨ ਦੀ ਜਾਂ ਨਸ਼ੇ ਦੇ ਉੱਪਰ, ਉਹਦੇ ਬਾਰੇ ਕੀ ਖਿਆਲ ਆ? ਕਿਹੜੀ ਸਰਕਾਰ ਉਹਨੂੰ ਜਿਹੜਾ ਘੱਟ ਕਰ ਸਕਦੀ ਆ, ਖਤਮ ਕਰ ਸਕਦੀ? ਸਰ ਕਾਂਗਰਸ ਹੀ ਇੱਕ ਘੱਟ ਕਰ ਸਕਦੀ ਹੈ, ਬਾਕੀ ਤਾਂ ਸਰ ਦੂਜੀਆਂ ਸਰਕਾਰਾਂ ਤਾਂ ਤੁਹਾਨੂੰ ਪਤਾ ਖੁਦ ਆਪ ਨਸ਼ਾ ਵੇਚਦੀਆਂ। ਇਹ ਆਵਾਜ਼ ਪਹੁੰਚਾਉਣੀ ਆ ਵੀ ਨਸ਼ਾ ਹਟਾਉਣਾ ਚਾਹੀਦਾ, ਬੱਚਿਆਂ ਨੂੰ ਨੌਕਰੀ, ਪੜ੍ਹਿਆ ਲਿਖਿਆ ਨੂੰ ਮਿਲਣੀ ਚਾਹੀਦੀ ਜਿਹੜੇ ਦਿਹਾੜੀ ਕਰ ਰਹੇ ਆ ਇੰਨਾ ਇੰਨਾ ਪੜ੍ਹ ਕੇ। ਕਿਹਨੂੰ ਵੋਟਾਂ ਜਾਊਗੀ ਇਸ ਵਾਰ? ਕਾਂਗਰਸ ਨੂੰ ਜਾਊਗੀਆਂ ਜ਼ਿਆਦਾ ਲੱਗ ਰਹੀਆਂ। ਅਸੀਂ ਪੱਕਾ BSP ਨੂੰ ਵੋਟ ਪਾਉਂਦੇ ਸੀ ਅੱਜ ਤੋਂ ਲਾ ਕੇ, ਪਰ ਐਤਕੀ ਨਹੀਂ ਪਾਉਣੀ ਉਹਨੂੰ। ਸਾਨੂੰ ਲੱਗਦਾ ਹੈਗਾ ਆ ਇੱਥੋਂ ਬਰਾੜ ਜਿੱਤੇਗਾ। ਅਸੀਂ ਤਾਂ ਕਹਿੰਦੇ ਕਿ ਚੰਨੀ ਆ ਜਾਵੇ ਤਾਂ ਸਭ ਤੋਂ ਵਧੀਆ ਹੈ। ਮੇਰੇ ਹਿਸਾਬ ਨਾਲ ਅਕਾਲੀ ਦਲ ਲਾਉਣਾ ਚਾਹੀਦਾ ਜੀ। ਆਮ ਆਦਮੀ ਪਾਰਟੀ ਹੈ, ਸਾਡੇ ਇੱਧਰ ਪਾਸੇ ਨਹੀਂ ਹੈ। ਇਸ ਵਾਰ ਕਿਹਨੂੰ ਵੋਟ ਪਾਉਂਗੇ? ਅਸੀਂ ਕਾਂਗਰਸ ਨੂੰ। ਕਿਹਨੂੰ ਸਪੋਰਟ ਕਰੋਗੇ? ਐਤਕੀ ਜੀ ਆਮ ਆਦਮੀ ਨੂੰ ਅਸੀਂ ਸਪੋਰਟ ਕਰਨ ਦੀ ਸੋਚਣੇ ਆ। ਅਸੀਂ ਤਾਂ ਕਹਿੰਦੇ ਚੰਨੀ ਨੂੰ ਵੋਟ ਪਾਉਣੀ ਆ ਕਿ ਤੀਸਰੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ, ਮੈਂ ਭਗਵੰਤ ਮਾਨ ਜੀ। ਐਤਕੀ ਚੰਨੀ ਸਰਕਾਰ ਆਉਣੀ ਚਾਹੀਦੀ ਬਸ। ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ। ਮੈਂ ਤੁਹਾਡਾ ਆਪਣਾ ਸੁਨੀਲ ਕੁਮਾਰ, ਹਰ ਸੱਚੀ ਖਬਰ ਦੇ ਨਾਲ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਮਾਰਟ ਇੰਡੀਆ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਕਿ ਅਸੀਂ ਤੁਹਾਨੂੰ ਚੁਣਾਵਾਂ ਦੀ ਜਿਹੜੀ ਹਰ ਅਪਡੇਟ ਦੇ ਰਹੇ ਹਾਂ, ਹਰ ਪਿੰਡ ਜਾ ਰਹੇ ਹਾਂ, ਹਰ ਸ਼ਹਿਰ ਜਾ ਰਿਹਾ, ਗਲੀ ਗਲੀ ਜਾ ਰਿਹਾ, ਕਿੱਥੇ ਵਿਕਾਸ ਹੋ ਰਿਹਾ, ਕਿੱਥੇ ਵਿਕਾਸ ਨਹੀਂ ਹੋ ਰਿਹਾ, ਕਿੱਥੇ ਵਿਨਾਸ਼ ਹੋ ਰਿਹਾ, ਹਰ ਅਪਡੇਟ ਤੁਹਾਨੂੰ ਦੇ ਰਿਹਾ ਤੁਹਾਡੇ ਆਪਣੇ ਚੈਨਲ, ਤੁਹਾਡੇ ਆਪਣੇ ਸ਼ੋਅ ਦੇ ਵਿੱਚ, ਜਿਹਦਾ ਤੁਸੀਂ ਸਾਨੂੰ ਬਹੁਤ ਹੀ ਜ਼ਿਆਦਾ ਜਿਸ ਦਾ ਪਿਆਰ ਦੇ ਰਹੇ ਹੋ, ਔਰ ਹਰ ਤੁਹਾਡੀ ਸੱਚਾਈ ਜਿਹੜੀ ਆ, ਹਰ ਖਬਰ ਤੁਹਾਡੇ ਏਰੀਏ ਦੀ ਅਸੀਂ ਤੁਹਾਡੇ ਆਪਣੇ ਸ਼ੋਅ ਜਨਤਾ ਦੀ ਰਾਏ ਦੇ ਵਿੱਚ ਦਿਖਾ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਸ਼ੋਅ ਜਨਤਾ ਦੀ ਰਾਏ ਦਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਸ਼ੋਅ ਨੂੰ, ਆਪਣੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹਾਂ। ਦੋਸਤੋ, ਅੱਜ ਅਸੀਂ ਜਲੰਧਰ ਕਹਿਣ ਦੇ ਹਲਕੇ ਸੋਫੀ ਪਿੰਡ ਦੇ ਵਿੱਚ ਆ ਕੇ ਖੜ੍ਹੇ ਹਾਂ। ਅਸੀਂ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਵੱਡਾ ਇਹ ਏਰੀਆ ਪੈਂਦਾ, ਜਿਹੜਾ ਸੋਫੀ ਪਿੰਡ ਆ, ਬਹੁਤ ਹੀ ਵੱਡਾ, ਬਹੁਤ ਹੀ ਜ਼ਿਆਦਾ ਇੱਥੇ ਦੀਆਂ ਵੋਟਾਂ ਹੈਗੀਆਂ। ਅਤੇ ਅੱਜ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਅੱਜ ਤੁਹਾਡੇ ਪਿੰਡ ਆਏ ਹਾਂ, ਔਰ ਤੁਹਾਡੀ ਰਾਏ ਜਾਣਾਂਗੇ ਕਿ ਤੁਹਾਡੀ ਰਾਏ ਕੀ ਆ, ਕਿ ਕੌਣ ਇੱਧਰ ਦਾ CM ਹੋਣਾ ਚਾਹੀਦਾ, ਕੌਣ ਇੱਧਰ ਦਾ MLA ਹੋਣਾ ਚਾਹੀਦਾ, ਜੋ ਦੇਸ਼ ਦੇ ਤੁਹਾਡੇ ਏਰੀਏ ਦਾ, ਤੁਹਾਡੇ ਸਟੇਟ ਦਾ ਵਿਕਾਸ ਕਰੇ। ਕੌਣ ਇੱਧਰ ਦਾ CM ਹੋਣਾ ਚਾਹੀਦਾ ਜੋ ਤੁਹਾਡੀ
देश का ताड़ी स्टेट का ताड़ी डिस्ट्रिक्ट का ताड़े एरिए का विकास करे, क्योंकि दोस्तों जिदा का आप देखते भी पंजाब जड़ा कितना कितने नशियां दे विच कितना कितने बेरोजगारी दे विच जड़ा किरिया होया उसनू कोर मार कड़ूगा। ये सारे विषयों दे विच अज गलबात करांगे, चर्चा करांगे, ताड़ी की राय ताड़े सामने लैके आवांगे। तो आओ चलते हैं, देखते हैं और गलबात करते हैं, आने ताड़े कोल। सत श्री अकाल माता जी। सत श्री अकाल जी। माता जी अपना की नाम है? ज्ञान कौर। ज्ञान कौर जी आप सोफी पिंड दे विच रहिंदे हो? हाँ जी। माता जी की अज जिदा चल रहा पंजाब दे विच इलैक्शन चल रहा, सारे जिहड़े लीडर साहबाना इत्थे पहुँचते पे, ताडे पिंड किन्ना क ज़्यादा सुधार होया, किन्ना क ज़्यादा विकास होया? देखो जी, ना सुधार होया तो ना विकास होया, कुछ भी नहीं होया। कुछ नहीं होया, इत्थे बारिश हुंदी आ, साडे बच्चे स्कूलों आउंदे आ, सारे उन्हां दे कपड़े लिबड़ जांदे आ, पानी दे पै जांदा उप्पर, असीं भी निकल नहीं सकदे, साडे रोड नहीं बनिया। ते कि इत्थे दा रोड नहीं बनिया होया? नहीं जी। ते इधर सिवरेज पै रहा, उहदे करके प्रॉब्लम आ रही आ? उहदे करके इधर होया ही नहीं कुछ भी, ना सिवरेज पै। अच्छा, जिहड़ा ताडा एरिया इत्थे जिहड़ा रोड भी नहीं बनिया, सिवरेज भी नहीं पिया, इदा क्यों आ मैं माता जी? ਉੱਦਾਂ ਜੀ ਦੇਖੋ ਹੁਣ ਮੰਤਰੀਆਂ ਦੀ ਗੱਲ ਆ, ਅਸੀਂ ਤਾਂ ਸਾਰੀ ਉਮਰ ਵੋਟਾਂ ਪਾ ਪਾ ਕੇ ਹਾਰ ਗਏ। ਨਹੀਂ ਕਿ ਸੁਣਨ ਦੇ ਵਿੱਚ ਆ ਰਿਹਾ ਜਿਹੜਾ ਸੋਫੀ ਪਿੰਡ ਏਰੀਆ ਇਹ ਤਾਂ ਕਾਰਪੋਰੇਸ਼ਨ ਦੇ ਵਿੱਚ ਆ ਗਿਆ ਨਾ, ਫਿਰ ਤੁਹਾਡੇ ਏਰੀਏ 'ਚ ਸਿਵਰੇਜ ਕਿਉਂ ਨਹੀਂ ਪਿਆ? ਇਹ ਤਾਂ ਹੁਣ ਪਤਾ ਨਹੀਂ, ਗੌਰਮੈਂਟ ਨੂੰ ਪਤਾ ਹੋਊਗਾ ਜਾਂ ਬਣਾਉਣ ਵਾਲਿਆਂ ਨੂੰ। ਕਹਿੰਦੇ ਜੀ ਤੁਹਾਡੇ ਵੱਲ ਨਹੀਂ ਪੈਣਾ, ਤੁਹਾਡੇ ਵੱਲ ਨਹੀਂ ਪੱਕੀ ਹੋਣੀ ਰੋਡ। ਕਿਉਂ ਨਹੀਂ ਹੋਣੀ ਵਜ੍ਹਾ? ਤੁਸੀਂ ਇਲਾਕੇ ਦੇ ਜਿਹੜੇ ਤੁਹਾਡੇ MLA ਸਾਹਿਬਾਨ ਆ ਜਾਂ ਤੁਹਾਡੇ ਇਲਾਕੇ ਦੀ ਜਿਹੜੀ ਪੰਚਾਇਤ ਆ ਸਰਪੰਚ ਆ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ? ਹਾਂਜੀ, ਸਾਰਿਆਂ ਨੇ ਕੀਤੀ ਆ। ਉਹ ਕਹਿੰਦੇ ਜੀ ਤੁਹਾਡਾ ਜਿਹੜਾ ਹਿੱਸਾ ਆ ਇਹ ਆਇਆ ਲਾਲ ਲਕੀਰ ਦੇ ਵਿੱਚ, ਕਹਿੰਦੇ ਆਉਂਦਾ ਲਾਲ ਲਕੀਰ ਦੇ ਵਿੱਚ ਆਉਂਦਾ। ਅਤੇ ਜਿਹੜੇ ਸਾਡੇ ਚੰਨੀ ਸਾਹਿਬ ਆ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਸੀ ਜਿਹੜੇ ਲਾਲ ਲਕੀਰ ਦੇ ਵਿੱਚ ਘਰ ਆ ਰਹੇ ਆ ਉਹਨਾਂ ਦੀ ਰਜਿਸਟਰੀਆਂ ਹੋ ਜੂਗੀਆਂ, ਪੱਕੇ ਹੋ ਜੂਗੇ? ਹਾਂਜੀ, ਅਸੀਂ ਆਪ ਵੀ ਗਏ ਸੀ ਪ੍ਰਗਟ ਸਿੰਘ ਦੇ ਪਾਸ, ਅਸੀਂ ਕਿਹਾ ਸਾਨੂੰ ਬੀਬੀਆਂ ਨੂੰ ਬਹੁਤ ਤੰਗੀ ਆਉਂਦੀ ਆ ਜਦੋਂ ਅਸੀਂ ਬਾਹਰ ਅੰਦਰ ਨਿਕਲਦੇ ਹਾਂ ਸਬਜ਼ੀ ਲੈਣ ਜਾਂ ਉੱਦਾਂ ਵੀ, ਵੀ ਸਾਨੂੰ ਬਹੁਤ ਪਰੇਸ਼ਾਨੀ ਆ। ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਬਣਵਾ ਦੇਵਾਂਗੇ, ਲੇਕਿਨ ਨਹੀਂ ਹੋਇਆ। ਨਹੀਂ ਹੋਇਆ। ਠੀਕ ਆ। ਅਤੇ ਮਾਤਾ ਜੀ ਅੱਜ ਤੁਹਾਡਾ ਚੈਨਲ ਤੁਹਾਡੇ ਘਰ ਪਹੁੰਚਿਆ, ਤੁਹਾਡੇ ਪਿੰਡ ਪਹੁੰਚਿਆ, ਤੁਹਾਡੀ ਆਵਾਜ਼ ਜਿਹੜੇ ਲੀਡਰ ਸਾਹਿਬਾਨ ਆ ਉਹ ਸੁਣਦੇ ਪਏ ਆ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਉਹਨਾਂ ਨੂੰ ਇਹ ਹੀ ਆ ਵੀ ਸਾਡੀ ਬੇਨਤੀ ਸੁਣੋ, ਸਾਡੀਆਂ ਤਕਲੀਫਾਂ ਦੂਰ ਕਰੋ। ਬਿਲਕੁਲ। ਅਤੇ ਮਾਤਾ ਜੀ ਕੀ ਲੱਗਦਾ ਕਿਹੜੀ ਸਰਕਾਰ ਆਉਣੀ ਚਾਹੀਦੀ ਜਿਹੜੀ ਤੁਹਾਡੀ ਬੇਨਤੀ ਸੁਣੇ, ਤਕਲੀਫਾਂ ਸੁਣੇ ਅਤੇ ਤੁਹਾਡੇ ਏਰੀਏ ਦਾ ਵਿਕਾਸ ਕਰੇ? ਦੇਖੋ ਜੀ, ਅਸੀਂ ਜਦ ਦੀ ਸਾਡੀ ਸੁਰਤ ਆਈ ਆ ਅਸੀਂ ਕਾਂਗਰਸ ਨੂੰ ਵੋਟ ਪਾਉਂਦੇ ਆਏ ਹਾਂ ਔਰ ਪਾਉਂਦੇ ਵੀ ਹਾਂ, ਹੁਣ ਵੀ ਉਹਨੂੰ ਪਾਉਣੀ ਆ, ਕਾਂਗਰਸ ਨੂੰ ਹੀ ਪਾਉਣੀ ਆ। ਹਾਂਜੀ, ਕਾਂਗਰਸ ਨੂੰ ਹੀ ਪਾਉਣੀ ਆ। ਅਤੇ ਇਹ ਆ ਕਿ ਸਾਡਾ ਕੰਮ ਹੋਣਾ ਚਾਹੀਦਾ, ਅਸੀਂ ਉੱਥੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਕੇ ਆਏ ਵੀ ਸਾਨੂੰ ਬਹੁਤ ਤੰਗੀ ਆ। ਬਿਲਕੁਲ। ਅਤੇ ਲੱਗਦਾ ਕਾਂਗਰਸ ਸਰਕਾਰ ਆਊਗੀ, ਕੰਮ ਹੋਊਗਾ? ਹਾਂਜੀ, ਚਾਹੁੰਦੇ ਤਾਂ ਅਸੀਂ ਇੱਦਾਂ ਹੀ ਹਾਂ। ਸੋ ਤੁਸੀਂ ਦੇਖ ਰਹੇ ਪਏ ਹੋ ਮਾਤਾ ਜੀ ਜਿੱਦਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਦੇ ਪਏ ਆ, ਉਸਨੂੰ ਦੇਖਦੇ ਹੋਏ ਤੁਹਾਡੇ ਏਰੀਏ ਦੇ ਵਿੱਚ ਕੌਣ ਕੌਣ ਆਇਆ ਹਾਲੇ ਤੱਕ? ਸਾਡੇ ਏਰੀਏ 'ਚ ਪ੍ਰਗਟ ਸਿੰਘ, ਪ੍ਰਗਟ ਸਿੰਘ ਆ ਜਾਂ ਰਸਤਾ ਰਹਿੰਦਾ ਬਣਾਉਣ ਵਾਲਾ, ਪ੍ਰਗਟ ਸਿੰਘ ਵੀ 25 ਸਾਲੀ ਦੀਦਾ, ਉੱਦਾਂ ਤਾਂ ਮੁੜ ਕੇ ਕੋਈ ਨਹੀਂ ਆਉਂਦਾ, ਗਰੀਬਾਂ ਦੀ ਕੋਈ ਸਹੂਲਤ ਨਹੀਂ ਹੈਗੀ। ਕੀ ਕਹਿਣਾ ਚਾਹੋਗੇ ਕਿ ਜਿਹੜੀ ਸਰਕਾਰਾਂ ਤੁਹਾਨੂੰ ਦੇਖ ਰਹੀ ਸੁਣ ਰਹੀ, ਕੁਛ ਬੋਲਣਾ ਚਾਹੋਗੇ? ਬੋਲਣਾ ਚਾਹੋ, ਸਰਕਾਰ ਕੋਈ ਫਾਇਦਾ ਨਹੀਂ ਦਿੰਦੀ, ਮੌਕੇ 'ਤੇ ਲੈਣ ਆ ਜਾਂਦੇ, ਵੋਟਾਂ ਬਾਅਦ 'ਚ ਨਹੀਂ ਆਉਂਦੇ, ਇਹ ਸਿਰਫ ਸੁਣਦੇ ਨਹੀਂ, ਮਹਿੰਗਾਈ ਇੰਨੀ, ਵੋਟਾਂ ਵਾਲੇ ਦਿਨ ਹੀ ਦੇਖਦੇ ਆ, ਉਸ ਤੋਂ ਵੋਟਾਂ ਵਾਲੇ ਦਿਨ ਹੀ ਦੇਖਦੇ, ਮੁੜ ਕੇ ਦੇ ਇਹਨਾਂ ਨੂੰ 5 ਸਾਲ ਮੁੜ ਕੇ ਤਾਂ ਮਿਲਦੇ ਵੀ ਨਹੀਂ ਗੇ, ਜਾਓ ਇਹਨਾਂ ਨੂੰ ਇਹ ਦਫ਼ਤਰ ਨਹੀਂ ਮਿਲਦੇ। ਫਿਰ ਸਾਡੀ ਮਹਿੰਗਾਈ ਇੰਨੀ ਹੋਈ, ਸਿਲੰਡਰ 1000 ਰੁਪਏ ਨੂੰ ਕੀਤਾ, ਦਿਹਾੜੀਦਾਰ ਬੰਦੇ ਦੀ ਦਿਹਾੜੀ ਨਹੀਂ ਵੱਧਦੀ, ਦਿਹਾੜੀ ਦੇ ਵਿੱਚ ਮਹੀਨੇ 'ਚ 4 ਦਿਨ ਲੱਗਦੇ, ਇੱਕ ਮਹੀਨਾ ਵਿਹਲੇ ਰਹਿੰਦੇ, ਕਿੱਥੋਂ ਸਾਰਾਂਗੇ ਅਸੀਂ? ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਕੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ? ਸਰਕਾਰਾਂ ਨੂੰ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਵੀ ਗਰੀਬਾਂ ਦਾ ਦੇਖਣ, ਆ ਕੇ ਵੋਟਾਂ 'ਤੇ ਜਿੱਦਾਂ ਵੋਟਾਂ ਲੈਣ ਆਉਂਦੇ, ਵੋਟਾਂ ਤੋਂ ਬਾਅਦ ਵੀ ਆ ਕੇ ਗਰੀਬਾਂ ਦੀ ਸੁਣ। ਬਿਲਕੁਲ। ਹੈ ਨਾ, ਕੋਈ ਪੈਸਾ ਨਹੀਂ ਭੇਜਦੇ ਹੈਗੇ, ਗਵਰਨਮੈਂਟ ਪੈਸਾ ਨਹੀਂ ਦਿੰਦੀ ਹੈਗੀ। ਗੱਲ ਕਰੀਏ ਮਕਾਨ ਚਾਹੁੰਦੇ ਜਿਹੜੇ ਤੁਹਾਡੇ ਬਾਲੇ ਵਾਲੇ ਆ, ਤੁਹਾਡੇ ਬਾਲੇ ਵਾਲੀ ਛੱਤ ਆ ਬਾਲੇ ਵਾਲੇ, ਬਾਲੇ ਵਾਲੇ ਜੀ। ਅਤੇ ਗੱਲ ਕਰੀਏ ਸਰਕਾਰਾਂ ਵੱਲੋਂ ਜਿਹੜੇ ਕਾਫੀ ਫੰਡ ਦਿੱਤੇ ਗਏ, ਚੈੱਕ ਦਿੱਤੇ ਗਏ ਆ ਪਿੰਡਾਂ ਦੇ ਵਿੱਚ, ਤੁਹਾਨੂੰ ਵਿਆਹ ਕੀਤਾ? ਹਾਂਜੀ ਜੀ, ਬੇਟੀ ਨੂੰ ਵੀ ਕੁਛ ਮਿਲਣਾ ਚਾਹੀਦਾ, ਗਰੀਬ ਬੰਦੇ। ਤੁਹਾਨੂੰ ਕੁਛ ਦਿੱਤਾ ਸਰਕਾਰ ਵੱਲੋਂ ਫੰਡ ਮਿਲਿਆ? ਨਹੀਂ, ਕੁਛ ਨਹੀਂ ਜੀ ਮਿਲਿਆ, ਕੁਛ ਵੀ ਨਹੀਂ ਮਿਲਿਆ। ਅਤੇ ਜਿਹੜੀ ਸਰਕਾਰਾਂ ਵਾਅਦੇ ਦਾਵੇ ਕਰਦੀ ਪਈ ਆ ਕਿ ਅਸੀਂ ਦੇ ਰਹੇ ਹਾਂ, ਕੁਛ ਨਹੀਂ ਦੇ, ਕੁਛ ਵੀ ਨਹੀਂ, ਬਸ ਕੁਛ ਨਹੀਂ ਹਜੇ ਕੀਤਾ, ਘਰ ਆ ਕੇ ਬੇਸ਼ੱਕ ਦੇਖ ਲੈਣ ਸਾਡੇ ਕਮਰੇ ਕਿੱਦਾਂ ਦੇ ਆ। ਬਿਲਕੁਲ। ਤਾਂ ਕੀ ਚਾਹੁੰਦੇ ਹੋ ਕਿ ਕਿਹੜੀ ਸਰਕਾਰ ਆਵੇ ਜਿਹੜੇ ਕਿ ਤੁਹਾਡੇ ਵਾਅਦੇ ਦਾਵੇ ਪੂਰੇ ਕਰੇ? ਗਰੀਬਾਂ ਦਾ ਸਾਥ ਦੇਣ ਵਾਲੀ ਹੋਣੀ ਚਾਹੀਦੀ ਆ। ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਗੱਲ ਕਰੀਏ ਕਾਂਗਰਸ ਪਾਰਟੀ ਦੀ, ਅਕਾਲੀ ਦਲ ਦੀ, BJP ਦੇ ਵਾਸਤੇ ਚਾਹੀਦਾ ਵੀ ਕੋਈ ਜਿਹੜਾ ਬੰਦਾ ਹੈਲਪ ਕਰੇ ਗਰੀਬਾਂ ਦੀ। ਤੁਹਾਨੂੰ ਕੀ ਲੱਗਦਾ ਜਿਹੜੀ ਤੁਹਾਡੀ ਵੋਟ ਆ ਉਹੀ ਸਰਕਾਰ ਬਣਾਉਂਦੀ ਆ? ਤੁਹਾਡੀ ਵੋਟ ਦੇ ਵਿੱਚ ਬਹੁਤ ਤਾਕਤ ਹੁੰਦੀ ਆ, ਕੀ ਲੱਗਦਾ ਕਿ ਕਿਹਨੂੰ ਵੋਟ ਪਾ ਕੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ, ਕਿਹਨੂੰ ਪਾਉਣਾ ਚਾਹੁੰਦੇ ਹੋ ਵੋਟ?
ਅਸੀਂ ਤਾਂ ਵੋਟ ਪਾਵਾਂਗੇ, ਵੋਟਾਂ ਨੂੰ ਵੋਟ ਪਾਵਾਂਗੇ, ਪ੍ਰਗਟ ਨੂੰ ਪਾਉਂਦੇ ਹੀ ਆ ਅਸੀਂ ਅੱਗੇ ਵੀ ਪਾਈ। ਹਾਂਜੀ ਸਰਕਾਰ ਕੋਈ ਵੀ ਲੱਗਦਾ ਕਿ ਪ੍ਰਗਟ ਸਿੰਘ ਨੂੰ ਜਦ ਆਪਾਂ ਵੋਟ ਪਾਈ ਸੀ ਉਹਨਾਂ ਨੇ ਕੰਮ ਨਹੀਂ ਕੀਤੇ, ਨਹੀਂ ਕੀਤੇ ਉਹਨੀ ਪ੍ਰਗਟ ਸਿੰਘ ਤਾਂ ਮੁੜ ਕੇ ਬੜਿਆ ਹੀ ਨਹੀਂ ਇੱਥੇ, ਕੰਮ ਕੀ ਕਰਨੇ ਉਹਨੇ, ਬੜਿਆ ਹੀ ਨਹੀਂ। ਕੀ ਉਮੀਦ ਕਰਦੇ ਹੋ, ਕਿਹੜੀ ਸਰਕਾਰ ਆਣੀ ਚਾਹੀਦੀ ਜਿਹੜੇ ਦੇਸ਼ ਇੱਤੇ ਕੰਮ ਕਰੇ? ਅਸੀਂ ਤਾਂ ਕਹਿੰਦੇ ਕੋਈ ਵੀ ਆਵੇ ਪਰ ਆਵੇ ਵਧੀਆ ਗਰੀਬਾਂ ਲਈ ਵੀ, ਹੈਨਾ, ਵੋਟ ਸਾਡੀ ਦਾ ਕੀਮਤ ਦਾ ਫਾਇਦਾ ਮਿਲਣਾ ਚਾਹੀਦਾ ਸਾਨੂੰ ਵੀ। ਮਾਤਾ ਜੀ ਆਪਣੀ ਵੋਟ ਬੇਕਾਰ ਨਹੀਂ ਜਾਣੀ ਚਾਹੀਦੀ, ਆਪਣੀ ਵੋਟ ਜਿਹੜੀ ਆ ਇੰਨੀ ਕਿ ਜ਼ਿਆਦਾ ਤਾਕਤਵਰ ਹੁੰਦੀ, ਇੰਨੀ ਕਿ ਜ਼ਿਆਦਾ ਪਾਵਰਫੁਲ ਹੁੰਦੀ, ਪੈਸੇ ਲੈਣੇ ਨਾ ਤਾਂ ਇੰਨੀ ਕਿ ਜ਼ਿਆਦਾ ਪਾਵਰਫੁਲ ਹੁੰਦੀ, ਅਗਰ ਇੱਕ ਵੋਟ ਤੋਂ ਵੀ ਰਹਿ ਜਾਂਦੇ ਕਦੀ ਪਕੌੜੇ ਕੱਢ ਕੇ ਖਿਲਾਉਂਦੇ ਜਨਤਾ ਨੂੰ, ਪਕੌੜਿਆਂ ਦੇ ਮਗਰ ਕਿਤੇ ਵੋਟਾਂ ਤਾਂ ਨਹੀਂ ਮਿਲ ਜਾਂਦੀਆਂ ਇਹਨਾਂ ਨੂੰ। ਅਸੀਂ ਉਹੀ ਕਹਿੰਦੇ ਪਿਆ ਆਪਾਂ ਕਿਹਨੂੰ, ਕਿਹੜੀ ਸਰਕਾਰ ਨੂੰ ਹੈਲਪ ਕਰਨਾ? ਅਸੀਂ ਸਰਕਾਰ ਸਾਨੂੰ ਇਹ ਆ ਕਿ ਜਿਹਨੂੰ ਅਸੀਂ ਵੋਟ ਪਾਵਾਂਗੇ ਉਹ ਸਰਕਾਰ ਸਾਡੇ ਮਸਲੇ ਹੱਲ ਵੀ ਕਰੇ ਤੇ ਸਾਨੂੰ ਵੀ ਫਾਇਦਾ ਮਿਲੇ ਕਿ ਅਸੀਂ ਵੋਟ ਪਾਈਏ। ਕੀ ਲੱਗਦਾ ਕਿਹੜੀ ਸਰਕਾਰ ਮਸਲੇ ਹੱਲ ਕਰੂਗੀ? ਅਸੀਂ ਤਾਂ ਕਹਿੰਦੇ ਕਿ ਚੰਨੀ ਆਜਵੇ ਤਾਂ ਸਭ ਤੋਂ ਵਧੀਆ ਹੈ, ਹੈਨਾ, ਕਿਉਂ ਕਿ ਵੋਟ ਗਰੀਬਾਂ ਦਾ ਵੀ ਸੁਣਨ, ਗਰੀਬਾਂ ਨੂੰ ਹਰ ਇੱਕ ਸਹੂਲਤ ਮਿਲਣੀ ਚਾਹੀਦੀ ਆ, ਗਰੀਬਾਂ ਤੱਕ ਸਹੂਲਤ ਪਹੁੰਚਦੀ ਨੀਗੀ, ਜਿਹਨਾਂ ਨੂੰ ਨਹੀਂ ਮਿਲਣੇ ਦੀ ਲੋੜ ਹੈ ਉਹਨਾਂ ਨੂੰ ਮਿਲਦੀ ਨਹੀਂ, ਜਿਹੜੇ ਬੇਲੋੜ ਹੈ ਉਹਨਾਂ ਨੂੰ ਮਿਲ ਜਾਂਦੀ। ਮਾਤਾ ਜੀ ਆਪਣੀ ਕੀ ਸਮੱਸਿਆ, ਕੀ ਪ੍ਰੋਬਲਮ ਆ ਰਹੀ ਹੈ? ਸਾਡੇ ਕੋਠੇ 'ਚ ਆਉਂਦੇ ਆ, ਆਣ ਕੇ ਦੇਖ ਲਓ ਬਾਲਿਆ ਪੈਸੇ ਲੈ ਕੇ ਲੈ ਗਏ, ਉਹ ਨਹੀਂ ਮਿਲੇ, ਅਸੀਂ ਬਾਲਣ ਬਾਹਰੋਂ ਲਿਆ ਕੇ ਮੁੰਡੇ ਸਾਡੇ ਵਿਹਲੇ ਫਿਰਦੇ ਆ, ਨਹੀਂ ਵੀ ਲੈਂਟਰ ਸਾਰੇ ਝੋਤੇ। ਲੱਗਦਾ ਕਿ ਕਿਹੜੀ ਸਰਕਾਰ ਆਊਗੀ ਜਿਹੜੇ ਸਾਰੇ ਪ੍ਰੋਬਲਮ ਸੋਲਵ ਕਰੇਗੀ? ਅੱਜ ਵੀ ਜਿਹੜੀ ਚੰਨੀ ਇੱਧਰ ਆਪਣਾ ਬਣਾ ਦੇਵੇ। ਕੀ ਲੱਗਦਾ ਕਿ ਹਲੇ ਪਹਿਲਾਂ ਵੀ ਕਾਂਗਰਸ ਸਰਕਾਰ ਸੀ, ਤੁਸੀਂ ਕਹਿੰਦੇ ਵੀ ਉਹਨਾਂ ਨੇ ਕੰਮ ਨਹੀਂ ਕੀਤੇ? ਨਹੀਂ, ਉਹਨੇ ਵੀ ਇੱਦਾਂ ਦੇ ਕੰਮ ਨਹੀਂ ਕੀਤੇ, ਵੋਟਾਂ ਲੈ ਜਾਂਦੇ, ਕੰਮ ਨਹੀਂ ਕਰਦੇ। ਹੁਣ ਆਪਾਂ ਫਿਰ ਉਹਨਾਂ ਨੂੰ ਹੀ ਮੌਕਾ ਦੇਣਾ ਚਾਹੁੰਦੇ? ਹਾਂ, ਉਹਨਾਂ ਨੂੰ ਮੌਕਾ, ਚਲੋ ਉਹਨਾਂ ਨੂੰ ਵੀ ਦੇ ਦੇਵਾਂ, ਚੰਨੀ ਆ ਜਾਵੇ, ਚੰਨੀ ਨੂੰ ਹੀ ਮੌਕਾ ਦੇਣਾ ਚਾਹੁੰਦੇ। ਹਾਂ, ਲੱਗਦਾ ਕਿ ਅਗਰ ਚੰਨੀ ਸਰਕਾਰ ਆਊਗੀ ਤੁਹਾਡੇ ਕੰਮ ਹੋਊਗਾ? ਹਾਂ, ਸਾਰੇ ਗਰੀਬਾਂ ਦੇ ਕੰਮ ਕਰੇ ਆਣ ਕੇ। ਲੱਗਦਾ ਚੰਨੀ ਸਰਕਾਰ, ਚੰਨੀ ਜੇ ਕੰਮ ਨਾ ਕਰੂਗਾ ਤੇ ਚੰਨੀ ਵੀ ਮੁੜ ਕੇ ਉਰਾਂ ਵਾਂਗੂ ਬੈਠੂਗਾ ਜਿੱਦਾਂ ਬਾਕੀ ਬੈਠੇ ਆ। ਬਿਲਕੁਲ, ਕੀ ਲੱਗਦਾ ਕਿ ਚੰਨੀ ਸਰਕਾਰ ਆਊਗੀ ਕੰਮ ਹੋਊਗਾ? ਜੇ ਕੰਮ ਕਰੂਗਾ ਗਰੀਬਾਂ ਦਾ ਤਾਂ ਫੇਰ ਹੀ ਹੋਜੂਗੇ ਕੰਮ। ਹਾਂਜੀ, ਵਧੂਗਾ ਜੇ ਗਰੀਬਾਂ ਦਾ ਸੋਚੂਗੇ ਤਾਂ ਇਹਨਾਂ ਦੇ ਨਾਲ ਜਨਤਾ ਹੋਗੀ। ਬਿਲਕੁਲ, ਇਹਨਾਂ ਨੂੰ ਵੋਟ ਮੰਗਣ ਦੀ ਲੋੜ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਾਡੀ ਬੀਬੀਆਂ ਪੈਣਾ ਮਾਤਾਵਾਂ, ਉਹਨਾਂ ਨੇ ਆਪਣੀ ਰਾਏ ਤੁਹਾਡੇ ਸਾਹਮਣੇ ਰੱਖੀ ਹੈ, ਉਹਨਾਂ ਦਾ ਜੋ ਵੀ ਉਹਨਾਂ ਦੀ ਪ੍ਰੋਬਲਮ ਹੈਗੀ ਆ ਤੁਹਾਡੇ ਸਾਹਮਣੇ ਨਿਕਲ ਕੇ ਆ ਰਹੀ ਆ, ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦਿਓ। ਉਹਨਾਂ ਦਾ ਕਹਿਣਾ ਕਿ ਜੋ ਵੀ ਸਰਕਾਰ ਆਵੇ ਦੇਸ਼ ਇੱਦੇ ਕੰਮ ਕਰੇ, ਨੌਕਰੀਆਂ ਦੇਵੇ, ਰੋਜ਼ਗਾਰ ਦੇਵੇ, ਤੇ ਜਿਹੜੇ ਵੀ ਗਰੀਬਾਂ ਬਾਰੇ ਸੋਚੇ ਉਹ ਸਰਕਾਰ ਆਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਕਿ ਇਸ ਵਾਰ ਅਸੀਂ ਇੱਕ ਵਾਰ ਫਿਰ ਤੋਂ ਜਿਹੜਾ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਜਿਹੜਾ ਕਿ ਚਿਹਰਾ ਇੱਕ ਚੰਨੀ ਚੰਨੀ ਪੂਰੇ ਪੰਜਾਬ ਦੇ ਵਿੱਚ ਹੋਈ ਪਈ ਆ, ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹਾਂ, ਉਹਨਾਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਵਾਰ ਫਿਰ ਆ ਕੇ ਦੇਸ਼ ਦੇ ਜਿਹੜੇ ਕੰਮ ਆ, ਰੁਕੇ ਹੋਏ ਕੰਮ ਆ ਅਤੇ ਗਰੀਬਾਂ ਦੇ ਬਾਰੇ ਜ਼ਰੂਰ ਸੋਚੂਗੇ। ਇਸੇ ਤਰੀਕੇ ਨਾਲ ਦੇਖਦੇ ਰਹੋ, ਬਣੇ ਰਹੋ, ਅਸੀਂ ਸਾਰੀ ਅਪਡੇਟ ਤੁਹਾਡੇ ਆਪਣੇ ਚੈਨਲ 'ਤੇ ਤੁਹਾਡੇ ਆਪਣੇ ਸ਼ੋਅ ਪਬਲਿਕ ਦੀ ਰਾਏ ਦੇ ਵਿੱਚ ਦਿਖਾਉਂਦੇ ਹਾਂ ਔਰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਭਾਈ, ਨਮਸਕਾਰ। ਨਮਸਕਾਰ ਜੀ। ਸਰ, ਕੀ ਨਾਮ ਆਪਣਾ? ਕ੍ਰਿਤਪਾਲ ਜੀ, ਜਿੱਦਾਂ ਕੋਈ ਇਲੈਕਸ਼ਨ ਚੱਲਦੇ ਪਏ ਆ, ਕਿਹੜੀ ਸਰਕਾਰ ਲੈਣਾ ਚਾਹੁੰਦੇ ਤੁਸੀਂ? ਯਾਰ ਆਪਣੀ ਕਾਂਗਰਸ ਆ ਜਾਵੇ ਵਧੀਆ, ਅਤੇ ਬਾਕੀ ਜਿਹੜੀ ਪਾਰਟੀਆਂ ਉਹ ਵੀ ਦਾਅਵੇ ਵਾਅਦੇ ਕਰ ਰਹੀ, ਉਹ ਵੀ ਕਹਿੰਦੇ ਅਸੀਂ ਵੱਡੇ ਵੱਡੇ ਵਿਕਾਸ ਕਰਾਂਗੇ, ਉਹਨਾਂ ਬਾਰੇ ਕੀ ਖਿਆਲ ਹੈ? ਉਹਨਾਂ ਬਾਰੇ ਠੀਕ ਆ, ਜਿਹੜਾ ਕੰਮ ਕੋਈ ਵਧੀਆ ਕਰੂਗਾ ਉਹ ਵੀ ਠੀਕ ਹੈ। ਵਧੀਆ ਤਾਂ ਸਰ ਤਾਂ ਹੀ ਕਰੂੰਗਾ ਨਾ ਜਦੋਂ ਆਪਾਂ ਉਹਨਾਂ ਨੂੰ ਲੈ ਕੇ ਆਉਂਗੇ, ਜਿਤਾਵਾਂਗੇ ਆਪਾਂ ਕਿਹਨੂੰ ਜਿਤਾਉਂਗੇ ਤੁਸੀਂ? ਆਪਾਂ ਇਹ ਆਪਣੀ ਮਰਜ਼ੀ ਗੱਲ ਆ। ਫਿਰ ਵੀ ਸਰ ਤੁਹਾਡੀ ਵੋਟ ਨਾਲ ਹੀ ਸੀਐਮ ਬਣਦਾ, ਤੁਹਾਡੀ ਵੋਟ ਨਾਲ ਹੀ ਐਮਐਲਏ ਬਣਦਾ, ਕੀ ਚਾਹੋਗੇ ਜਿਹੜੇ ਤੁਹਾਡੇ ਪਿੰਡ ਦੇ, ਤੁਹਾਡੇ ਏਰੀਏ ਦੇ, ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਵਧੀਆ ਹੋਵੇ? ਇੱਦਾਂ ਦੀ ਕਿਹੜੀ ਸਰਕਾਰ ਦੇਖਦੇ ਹੋ ਜਿਹਨਾਂ ਨੂੰ ਤੁਸੀਂ ਲੈ ਕੇ ਆਉਂਗੇ? ਯਾਰ ਮੇਰਾ ਜ਼ਿਆਦਾ ਬੋਲ ਨਹੀਂ ਹੁੰਦਾ, ਸੋਰੀ, ਚੱਕਰ ਹੈਗਾ ਜਿਹੜਾ ਕੰਮ ਕੋਈ ਵਧੀਆ ਕਰੂਗਾ ਉਹਨਾਂ ਨੂੰ ਆਪਣਾ ਵੋਟ ਪਾ ਦੇਵਾਂਗੇ, ਉਹਨਾਂ ਨੂੰ ਵੋਟ ਪਾਵਾਂਗੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਆਪਣੀ ਰਾਏ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਅਤੇ ਉਹਨਾਂ ਦਾ ਕਹਿਣਾ ਕਿ ਜਿਹੜੀ ਵੀ ਸਰਕਾਰ ਵਧੀਆ ਕੰਮ ਕਰੂਗੀ ਅਸੀਂ ਉਹਨਾਂ ਨੂੰ ਵੋਟ ਪਾਉਂਗੇ। ਅਤੇ ਆਓ ਕੁਛ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਜਾਣਦੇ। ਸਰ ਨਮਸਕਾਰ। ਨਮਸਕਾਰ ਜੀ। ਸਰ, ਜਿੱਦਾਂ ਕਿ ਆਪਾਂ ਦੇਖਦੇ ਪਏ ਹਾਂ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਹੇ ਪਏ ਹਾਂ, ਅਤੇ ਕਿਹੜੀ ਪਾਰਟੀ ਇੱਦਾਂ ਸੋਲਿਡ ਦੇਖਦੇ ਹੋ ਜਿਹੜੇ ਕਿ ਦੇਸ਼ ਦੇ ਕੰਮ ਕਰੇ? ਦੇਖੋ ਜੀ, ਆਪਾਂ ਤਾਂ ਹੁਣ ਜਨਤਾ ਦੇ ਨਾਲ ਹੀ ਹਾਂ, ਪਿੰਡ ਦੇ ਨਾਲ ਹਾਂ, ਜਿੱਦਾਂ ਆਪਣੇ ਭਾਈ ਭਰਾ ਕਹਿੰਦੇ ਆਪਣੇ ਆ ਕੀ ਇਹਨਾਂ ਦਾ ਨਾਂ ਕਾਂਗਰਸ ਦੇ। ਬਿਲਕੁਲ। ਅਤੇ ਸਰ ਆਪਾਂ ਕਿਹਨੂੰ ਸੋਲਿਡ ਦੇਖਦੇ ਹਾਂ, ਕਿਹਨੂੰ ਵੋਟ ਪਾ ਕੇ ਜਿਤਾਉਣਾ ਚਾਹੁੰਦੇ, ਜਿਸ ਨੂੰ ਲੈ ਕੇ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ, ਸਾਡੇ ਏਰੀਏ ਦਾ ਵਿਕਾਸ ਹੋਵੇ? ਅਸੀਂ ਤਾਂ ਕਹਿੰਦੇ ਵੀ ਸਾਡਾ ਚਮਾਰ ਭਰਾ ਅੱਗੇ ਆਵੇ, ਸਾਡੇ ਚਮਾਰ ਬਰਾਦਰੀ ਨੂੰ ਕੋਈ ਮਦਦ ਮਿਲੇ। ਕਿਹਨੂੰ ਵੋਟ ਪਾਉਣਾ ਚਾਹੁੰਦੇ ਸਰ? ਅਸੀਂ ਆ ਕਾਂਗਰਸ ਨੂੰ। ਕਾਂਗਰਸ ਨੂੰ ਕੀ ਸਰ? ਬਾਕੀ ਪਾਰਟੀਆਂ ਵੀ ਵੱਡੇ ਵੱਡੇ ਦਾਅਵੇ ਵਾਅਦੇ ਕਰ ਰਹੀ, ਕਿ ਉਹਨਾਂ ਨੂੰ ਕਿੱਥੇ ਦੇਖਦੇ ਹੋ? ਦਾਅਵੇ ਵਾਅਦੇ ਤਾਂ ਹੁਣ ਸਾਰੇ ਹੀ ਕਰਦੇ ਆ,
ਰਹਿਗਾ ਜਾਂ ਕੋਈ ਕਰਦੀ ਆ। ਕੀ ਉਮੀਦ ਕਰਦੇ ਹੋ ਕਿ ਹੁਣ ਕਾਂਗਰਸ ਪਾਰਟੀ ਇੱਕ ਵਾਰੀ ਫਿਰ ਜੇ ਤੁਸੀਂ ਚਾਂਸ ਦਿੰਦੇ ਹੋ ਸਰਕਾਰ ਆਉਂਦੀ ਹੈ ਕਿ ਉਹ ਕੰਮ ਕਰੂਗੇ? ਹਾਂ ਕੰਮ ਕਰੂਗੇ, ਹੁਣ ਚੰਨੀ ਜਿੱਦਾਂ ਲੱਗਾ ਉਹ ਕੰਮ ਕਰੂਗਾ। ਕਰੂਗੇ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਦੇਖ ਰਹੇ ਹੋ ਸੋਫੀ ਪਿੰਡ ਦੇ ਵਿੱਚ ਆ ਕੇ ਖੜੇ ਆ, ਜਨਤਾ ਦੀ ਰਾਏ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਸਰ ਨਮਸਕਾਰ। ਨਮਸਕਾਰ ਜੀ, ਨਮਸਕਾਰ। ਸਰ ਕਿਹੜੇ ਪਿੰਡ ਤੋਂ ਆਪਾਂ? ਸੋਫੀ ਪਿੰਡ ਤੋਂ ਜੀ। ਸੋਫੀ ਪਿੰਡ, ਇਹੀ ਪਿੰਡ ਤੋਂ? ਹਾਂਜੀ ਹਾਂਜੀ ਸਰ। ਅਤੇ ਸਰ ਸਾਡਾ ਸ਼ੋਅ ਚੱਲ ਰਿਹਾ ਜਨਤਾ ਦੀ ਰਾਏ, ਤੁਹਾਡਾ ਚੈਨਲ ਅੱਜ ਤੁਹਾਡੇ ਪਿੰਡ ਪਹੁੰਚਿਆ, ਇਹਦੇ ਵਿੱਚ ਤੁਸੀਂ ਜਿਹੜੇ ਇਲੈਕਸ਼ਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਇਲੈਕਸ਼ਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਸਰ, ਵੀ ਦੇਖੋ ਜਿਹੜਾ ਆ ਵੀ ਆਉਣ ਵਾਲਾ ਸਮਾਂ ਆ, ਜਿਸ ਹਿਸਾਬ ਦੇ ਨਾਲ ਚੰਨੀ ਸਾਹਿਬ ਹੁਣੀ ਕੰਮ ਕਰ ਰਹੇ ਨੇ, ਉਸ ਹਿਸਾਬ ਦੇ ਨਾਲ ਤਾਂ ਐਤਕੀ ਕਾਂਗਰਸ ਹੀ ਜਿੱਤਣੀ ਚਾਹੀਦੀ ਆ। ਅਤੇ ਕੀ ਲੱਗਦਾ ਕਿ ਕਾਂਗਰਸ ਸਰਕਾਰ ਆਊਗੀ ਤਾਂ ਕੰਮ ਹੋਊਗੇ? ਹੋਊਗੇ ਜੀ, ਹੋਊਗੇ ਪੱਕਾ। ਅਤੇ ਪਿੰਡਾਂ 'ਚ ਕਿਹੜੇ ਕਿਹੜੇ ਕੰਮ ਆ ਜਿਹੜੇ ਨਹੀਂ ਹੋਏ? ਪਿੰਡਾਂ 'ਚ ਇਹੀ ਆ ਜੀ, ਕਾਫੀ ਕੰਮ ਆ ਜਿਹੜੇ, ਇੱਕ ਜਾਂ ਇੱਕ ਰੋਡ ਆ ਜਿਹੜਾ ਪਿੰਡ ਦਾ ਬਣਨ ਵਾਲਾ, ਬਾਕੀ ਆ ਥੋੜ੍ਹਾ ਜਿਹਾ ਕੰਮ ਸੀਵਰੇਜ ਦਾ ਰੁਕਿਆ ਹੋਇਆ ਆ, ਬਾਕੀ ਹੋਰ ਥੋੜ੍ਹੇ ਜਿਹੜੇ ਕੋਈ ਗਲੀਆਂ ਗੁਲੀਆਂ ਦੇ ਮੈਟਰ ਮੁਟਰ ਹੈਗੇ ਆ, ਉਹ ਵੀ ਆਪਣੇ ਆਪ ਹੀ ਹੁਣ ਜਦੋਂ ਆਉਣਗੇ ਤਾਂ ਸਮੇਂ 'ਤੇ ਬਣਾਉਣਗੇ ਦੇਣਗੇ। ਸੀਵਰੇਜ ਦਾ ਤਾਂ ਅੱਧੇ ਪਿੰਡ ਦੇ ਵਿੱਚ ਤਾਂ ਪੈ ਚੁੱਕਿਆ ਸੀਵਰੇਜ, ਜਿੱਦਾਂ ਕਿ ਅਸੀਂ ਦੇਖਿਆ, ਅਤੇ ਸੜਕਾਂ ਬੰਨੀਆਂ ਹੀ ਰਹਿ ਗਈਆਂ ਨਾ? ਹਾਂਜੀ, ਸੜਕਾਂ ਵੀ ਬੰਨੀਆਂ ਰਹਿ ਗਈਆਂ, ਥੋੜ੍ਹੇ ਬਹੁਤੇ ਜਿਹੜੇ ਸੀਵਰੇਜ ਹੈਗੇ ਵੀ ਆ ਲੋਕਾਂ ਦੇ, ਉਹ ਵੀ ਬੰਨ ਗਏ। ਅੱਛਾ, ਅੱਧੇ ਪਿੰਡ 'ਚ ਸੀਵਰੇਜ ਪੈ ਗਿਆ, ਅੱਧੇ 'ਚ ਨਹੀਂ? ਹਾਂਜੀ, ਅੱਧੇ 'ਚ ਹੈਗੇ, ਅੱਧੇ 'ਚ ਰਹਿ ਗਿਆ, ਅੱਧੇ 'ਚ ਪੈ ਗਏ। ਅਤੇ ਕੀ ਲੱਗਦਾ ਕਿ ਸਰਕਾਰ ਆਊਗੀ ਅਤੇ ਸਾਡੇ ਜਿਹੜੇ ਕੰਮ ਆ ਪਿੰਡ ਦੇ ਸੁਧਾਰ ਹੋਊਗੇ? ਹਾਂਜੀ, ਸੁਧਾਰ ਹੋਣਗੇ ਜੀ, ਪੱਕਾ ਹੋਣਗੇ ਹਿਸਾਬ ਦੇ ਨਾਲ। ਅਤੇ ਗੱਲ ਕਰੀਏ ਸਰ, ਚੰਨੀ ਸਾਹਿਬ ਹੁਣੀ ਕਰ ਰਹੇ ਨੇ, ਉਸ ਹਿਸਾਬ ਦੇ ਨਾਲ ਤਾਂ ਜੀ ਇਹਨਾਂ ਨੂੰ ਗਾਂ ਪ੍ਰਗਟ ਸਿੰਘ ਹੋਣਾ ਨੂੰ ਵੀ ਕਰਨੇ ਚਾਹੀਦੇ ਆ। ਬਿਲਕੁਲ। ਅਤੇ ਸਰ ਗੱਲ ਕਰੀਏ ਆਪਾਂ ਰੋਜ਼ਗਾਰ ਦੀ ਜਾਂ ਐਜੂਕੇਸ਼ਨ ਦੀ ਜਾਂ ਨਸ਼ੇ ਦੇ ਉੱਪਰ, ਉਹਦੇ ਬਾਰੇ ਕੀ ਖਿਆਲ ਆ? ਕਿਹੜੀ ਸਰਕਾਰ ਉਹਨੂੰ ਜਿਹੜਾ ਘੱਟ ਕਰ ਸਕਦੀ ਆ, ਖਤਮ ਕਰ ਸਕਦੀ? ਸਰ ਕਾਂਗਰਸ ਹੀ ਇੱਕ ਘੱਟ ਕਰ ਸਕਦੀ ਹੈ, ਬਾਕੀ ਤਾਂ ਸਰ ਦੂਜੀਆਂ ਸਰਕਾਰਾਂ ਤਾਂ ਤੁਹਾਨੂੰ ਪਤਾ ਖੁਦ ਆਪ ਨਸ਼ਾ ਵੇਚਦੀਆਂ। ਅਤੇ ਬੇਰੁਜ਼ਗਾਰੀ ਦੀ ਗੱਲ ਕਰੀਏ ਸਰ, ਐਜੂਕੇਸ਼ਨ ਦੀ ਗੱਲ ਕਰੀਏ? ਬੇਰੁਜ਼ਗਾਰੀ ਤਾਂ ਦੇਖੋ ਜੀ ਇੱਦਾਂ ਹੀ ਆ ਕਿ ਹੁਣ ਗਰੀਬ ਬੰਦੇ ਨੂੰ ਜਿੱਦਾਂ ਵੀ ਆ, ਦਿਹਾੜੀਦਾਰ ਬੰਦੇ ਨੂੰ ਤਾਂ ਇਹੀ ਆ ਵੀ ਕਿਤੇ ਨਾ ਕਿਤੇ ਦਿਹਾੜੀ ਲੱਗੇਗੀ ਤਾਂ ਕੋਈ ਨਹੀਂ, ਪਰ ਇਹ ਆ ਵੀ ਸਰਕਾਰ ਸੋਚਦੀ ਆ ਹੁਣ ਇਹ ਆ ਵੀ ਗਰੀਬਾਂ ਨੂੰ ਥੋੜ੍ਹਾ ਬਹੁਤਾ ਕੰਮ ਵੀ ਮਿਲਣ ਲੱਗਾ ਆ। ਬਿਲਕੁਲ, ਕੀ ਲੱਗਾ ਕਿ ਸਰ ਜੇ ਕਾਂਗਰਸ ਸਰਕਾਰ ਆਉਂਦੀ ਹੈ ਕਿ ਨੌਕਰੀਆਂ ਮਿਲੂਗੀਆਂ? ਮਿਲੂਗੀਆਂ ਜੀ, ਮਿਲੂਗੀਆਂ। ਵੈਸੇ ਅੱਗੇ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ ਆ, ਕਈਆਂ ਨੂੰ ਮਿਲੀਆਂ ਨਹੀਂ ਹਲੇ, ਕਾਫੀ ਬੰਦਿਆਂ ਨੂੰ, ਹੁਣ ਜਿਹੜੇ ਵਾਅਦੇ ਕਰਕੇ ਥੋੜ੍ਹੇ ਬਹੁਤੇ ਬੰਦਿਆਂ ਨੂੰ ਕਾਫੀ ਮਿਲ ਚੁੱਕੀਆਂ ਨੇ। ਅਤੇ ਸਰ ਗੱਲ ਕਰੀਏ, ਪਿਛਲੀ ਵਾਰ ਜੋ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ, ਬੜੇ ਵੱਡੇ ਵੱਡੇ ਨੌਕਰੀਆਂ ਦੇਵਾਂਗੇ, ਲੈਪਟਾਪ ਦੇਵਾਂਗੇ, ਫੋਨ ਦੇਵਾਂਗੇ, ਇਦਾਂ ਦੇ ਕਈ ਵਾਅਦਿਆਂ ਦੀ ਉਹਨਾਂ ਨੇ ਲੰਬੀ ਸਾਰੀ ਲਿਸਟ ਬਣਾਈ ਸੀ, ਉਹਦੇ ਵਿੱਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ, ਉਹਦੇ ਬਾਰੇ ਕੀ? ਬਣਾਈ ਤਾਂ ਹੈਗੀ ਸੀ ਸਰ, ਉਹ ਕੋਈ ਵਾਅਦਾ ਕੋਈ ਪੂਰਾ ਕੀਤਾ ਨਹੀਂ, ਉਹ ਵੀ ਤਾਂ ਕਾਂਗਰਸ ਪਾਰਟੀ ਤੋਂ, ਇਹ ਵੀ ਕਾਂਗਰਸ ਪਾਰਟੀ ਤੋਂ ਸੀ, ਪਰ ਜਦੋਂ ਦੇ ਹੁਣ ਚੰਨੀ ਜੀ ਆਏ ਆ, ਇਹਨਾਂ ਨੇ ਇੱਕਦਮ ਹੀ ਦੁਨੀਆ ਨੂੰ ਕੁਛ ਕਰਕੇ ਦਿਖਾਇਆ, ਤੇ ਤਾਂ ਹੀ ਸਰ ਹੁਣ ਲੋਕ ਦਾ ਇਹਨਾਂ ਦਾ ਜਿਹੜਾ ਲੋਕਾਂ ਦਾ ਵਿਸ਼ਵਾਸ ਆ, ਜੋ ਵਿਸ਼ਵਾਸ ਆ ਜਿੱਤ ਲਿਆ ਇਹਨਾਂ ਨੇ, ਉਹ ਇੱਧਰ ਨੂੰ ਹੋ ਗਿਆ। ਹੁਣ ਕਿੰਨੀਆਂ ਵੋਟਾਂ ਸਰ ਆਪਣੇ ਪਰਿਵਾਰ ਦੀਆਂ? ਸਾਡੇ ਪਰਿਵਾਰ ਦੀਆਂ ਜ਼ਿਆਦਾ ਨਹੀਂ, ਕੁਝ 80-85 ਵੋਟਾਂ ਹੈਗੀਆਂ ਜੀ। ਅਤੇ ਸਾਰੀਆਂ ਵੋਟਾਂ ਕਿਹਨਾਂ ਨੂੰ ਜਾਊਗੀਆਂ? ਇਹਨਾਂ ਨੂੰ ਜਾਣਗੇ ਜੀ, ਕਾਂਗਰਸ। ਹਾਂਜੀ ਹਾਂਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੁਸੀਂ ਦੇਖ ਰਹੇ ਹੋ ਇਸ ਟਾਈਮ ਅਸੀਂ ਸੋਫੀ ਪਿੰਡ ਦੇ ਵਿੱਚ ਆ ਕੇ ਖੜੇ ਹਾਂ, ਜਿੱਥੇ ਕਿ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ, ਉਹਦੇ ਬਾਹਰ ਆ ਕੇ ਖੜੇ ਹਾਂ। ਇੱਥੇ ਸਾਡੀ ਬੀਬੀਆਂ ਪੈਣਾ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੀ ਰਾਏ ਜਾਣਾਂਗੇ ਕਿ ਇਸ ਵਾਰ ਕਿਹਦੀ ਸਰਕਾਰ ਆਉਣੀ ਚਾਹੀਦੀ ਆ, ਪੰਜਾਬ ਦੇ ਵਿੱਚ ਕਿਹਨੂੰ CM ਦੇਖਦੇ ਹਾਂ ਅਤੇ ਇਲਾਕੇ ਦਾ MLA ਕਿਹਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਨਮਸਕਾਰ ਜੀ। ਨਮਸਕਾਰ ਜੀ। ਕੀ ਨਾਮ ਆਪਣਾ? ਲਤਾ। ਮੈਡਮ, ਜਿੱਦਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਦੇ ਪਏ ਆ, ਕਿਹਨੂੰ ਪੰਜਾਬ ਦਾ CM ਦੇਖਦੇ ਹੋ ਤੁਸੀਂ? ਅਸੀਂ ਤਾਂ ਚੰਨੀ ਨੂੰ ਦੇਖਾਂਗੇ। ਚੰਨੀ ਨੂੰ। ਅਤੇ ਤੁਹਾਡੇ ਏਰੀਏ ਦਾ MLA ਕਿਹਨੂੰ ਦੇਖਦੇ ਹੋ? MLA ਕੌਣ ਆ, ਹਲੇ ਤਾਂ ਬਣਿਆ ਹੀ ਨਹੀਂ, ਹੈ ਨਾ? ਕਿਹਨੂੰ ਦੇਖਣੇ, ਕਿਹਨੂੰ ਲਿਆਉਣਾ ਚਾਹੁੰਦੇ ਹੋ ਤੁਸੀਂ? ਕਾਂਗਰਸ ਦਾ ਜਿਹੜਾ ਹੋਊਗਾ ਉਹਨੂੰ ਹੀ ਦੇਖਣਾ ਚਾਹੁੰਦੇ ਹਾਂ। ਕਾਂਗਰਸ ਕੌਣ ਖੜਾ ਆਪਣੇ ਇੱਥੋਂ ਕਾਂਗਰਸ ਦਾ? ਇਹ ਪ੍ਰਗਟ ਸਿੰਘ ਆ। ਪ੍ਰਗਟ ਸਿੰਘ, ਹਾਂ। ਅਤੇ ਹੋਰ ਵੀ ਜਿਹੜੇ MLA ਸਿਬਾਨ ਖੜੇ ਆ, ਨਵੇਂ ਕੁਛ ਨਵੇਂ ਚਾਰੇ, ਉਹ ਵੀ ਵਾਅਦੇ ਦਾਅਵੇ ਕਰ ਰਹੇ, ਉਹਨਾਂ ਬਾਰੇ ਕੀ ਖਿਆਲ ਆ? ਨਹੀਂ, ਉਹ ਕੋਈ ਖਿਆਲ ਨਹੀਂ, ਅਸੀਂ ਕਾਂਗਰਸ ਬਾਰੇ ਸੋਚਦੇ ਹਾਂ। ਆਪਣਾ ਕੀ ਨਾਮ ਜੀ? ਮਹਿੰਦਰ ਕੌਰ। ਮਾਤਾ ਜੀ, ਕੀ ਇਸ ਵਾਰ ਕਿਹਨੂੰ ਵੋਟ ਪਾਓਗੇ? ਅਸੀਂ ਕਾਂਗਰਸ ਨੂੰ। ਕਾਂਗਰਸ ਨੂੰ? ਕੀ ਕਾਂਗਰਸ ਨੇ ਕੰਮ ਕੀਤੇ ਆ ਪਿੰਡ ਦੇ ਵਿੱਚ? ਕੀਤੇ ਆ, ਪਿੰਡ ਦੇ ਵਿੱਚ ਸੁਧਾਰ ਹੋਏ ਅੱਗੇ? ਹੋਏ ਆ, ਬਹੁਤ ਹੋਏ। ਕੀ ਲੱਗਦਾ ਕਿ ਅਗਰ ਕਾਂਗਰਸ ਸਰਕਾਰ ਆਊਗੀ ਤੇ ਸੁਧਾਰ ਹੋਊਗੇ? ਹੋਊਗੇ। ਜੇ ਗੱਲ ਕਰੀਏ ਆਪਾਂ ਨੌਕਰੀਆਂ ਦੇ ਬਾਰੇ ਜਾਂ ਨਸ਼ਿਆਂ ਦੇ ਉੱਪਰ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤੇ ਕੰਟਰੋਲ ਚਾਹੀਦਾ ਸਾਨੂੰ, ਨਸ਼ਿਆਂ ਤੇ ਕੰਟਰੋਲ ਚਾਹੀਦਾ, ਬੱਚਿਆਂ ਤੇ, ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਵੀ ਚਾਹੀਦੀ ਆ, ਹਨਾ, ਤੇ ਸਾਨੂੰ ਆ ਵੀ ਚਾਹੀਦਾ ਆ। ਬਿਲਕੁਲ, ਨੌਕਰੀਆਂ ਵੀ ਚਾਹੀਦੀਆਂ ਸਾਨੂੰ, ਨੌਕਰੀਆਂ ਵੀ ਚਾਹੀਦੀਆਂ, ਸਭ ਤੋਂ ਵੱਡਾ ਵਿਸ਼ੇ ਆ ਨੌਕਰੀਆਂ, ਰੋਜ਼ਗਾਰ ਚਾਹੀਦੇ ਆ, ਨੌਕਰੀਆਂ ਚਾਹੀਦੀਆਂ। ਤਾਂ ਕੀ ਲੱਗਦਾ ਕਿ ਕਿਹੜੀ ਸਰਕਾਰ ਆ ਕੇ ਰੋਜ਼ਗਾਰ? ਕਾਂਗਰਸ। ਕਾਂਗਰਸ ਦੇ ਸਕਦੇ? ਹਾਂ, ਅਸੀਂ ਕਾਂਗਰਸ ਨੂੰ ਵੋਟ ਪਾਉਣੇ ਜਿੱਦਣ ਦੇ ਬੰਨਾਂ। ਬਿਲਕੁਲ,
ਉਹਦੇ ਬਾਰੇ ਤਾਂ ਇਹੀ ਕਹਿ ਸਕਦੇ ਵੀ ਉਹ ਤੇ ਥੋੜਾ ਕੰਟਰੋਲ ਕਰਨ ਉਹ ਇਹਦੇ ਵਿੱਚ ਤਾਂ ਇਹੀ ਕਹਿ ਸਕਦੇ ਅਸੀਂ ਤਾਂ ਤੇ ਇਹਦੇ ਉੱਪਰ ਕੌਣ ਕੰਟਰੋਲ ਕਰੂਗਾ ਕੰਟਰੋਲ ਇਹੀ ਕਾਂਗਰਸ ਹੀ ਕਰੂ ਸਾਡੀ ਕਾਂਗਰਸ ਸਰਕਾਰ ਹੀ ਕਰੂਗੀ ਕੀ ਲੱਗਦਾ ਕੀ ਕਾਂਗਰਸ ਸਰਕਾਰ ਹਾਂ ਕਰੂਗੀ ਯਕੀਨ ਆ ਸਾਨੂੰ ਉਹ ਤੇ ਪਹਿਲੇ 10 ਸਾਲ ਨਹੀਂ ਕੰਟਰੋਲ ਹੋਇਆ ਉਹਨਾਂ ਕੋ ਨਹੀਂ ਕੀਤਾ ਕੀਤਾ ਤੁਹਾਨੂੰ ਨਹੀਂ ਪਤਾ ਲੱਗਾ ਤੇ ਕਿਸੇ ਨੂੰ ਨਹੀਂ ਤਾਂ ਕੀਤਾ ਉਹਨਾਂ ਨੇ ਤੁਹਾਨੂੰ ਲੱਗਦਾ ਕਿ 10 ਸਾਲ ਦੇ ਵਿੱਚ ਪਿੰਡ ਦੇ ਵਿੱਚ ਕੰਟਰੋਲ ਹੋਇਆ ਤੁਹਾਡੇ ਏਰੀਏ ਚ ਕੰਟਰੋਲ ਹਾਂ ਹੋਇਆ ਬਹੁਤ ਸੁਧਾਰ ਹੋਇਆ ਤੇ ਕੀ ਕਹਿਣਾ ਚਾਹੋਗੇ ਜਿਹੜੀ ਹੋਰ ਸਰਕਾਰਾਂ ਹੈਗੀਆਂ ਉਸ ਤੋਂ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਕੰਮ ਨਹੀਂ ਕੀਤੇ ਸੀ ਨਹੀਂ ਉਹਨਾਂ ਨੇ ਬੋਝੇ ਭਰੇ ਆਪਣੇ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਡੀ ਆਪਣੀ ਬਦਲ ਨੇ ਤਾਂ ਲਾਇਆ ਕੀ ਲੱਗਦਾ ਕਿ ਇਸ ਵਾਰ ਕਿਹਦੀ ਸਰਕਾਰ ਆਉਗੀ ਐਰ ਕੀ ਚੰਨੀ ਸਰਕਾਰ ਆਉਣੀ ਚਾਹੀਦੀ ਬਸ ਸਾਡੇ ਹੋਰ ਕਿਸੇ ਨੂੰ ਵੋਟ ਨਹੀਂ ਪਾਣੀ ਜਿਹੜੇ ਹੋਰ ਕਿਸੇ ਨੂੰ ਪਾਣੀ ਨਹੀਂ ਪਹਿਲਾਂ ਤਾਂ ਨਹੀਂ ਪਾਉਂਦੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੀ ਰਾਏ ਆਪਣੀ ਆਪਣੀ ਉਹਨਾਂ ਦੀ ਨਿਕਲ ਕੇ ਸਾਹਮਣੇ ਆ ਰਹੀ ਉਹਨਾਂ ਦਾ ਕਹਿਣਾ ਕਿ ਇਸ ਵਾਰ ਸਿਰਫ ਔਰ ਸਿਰਫ ਕਾਂਗਰਸ ਸਰਕਾਰ ਹੀ ਹੋਗੀ ਕਾਂਗਰਸ ਸਰਕਾਰ ਨੇ ਕਿਤੇ ਨਾ ਕਿਤੇ ਜਿਹੜੇ ਨਸ਼ੇ ਦੀ ਇਹ ਜਿਹੜੀ ਇੱਕ ਲੜ ਚੱਲਦੀ ਪਈ ਉਹਨੂੰ ਕਿਤੇ ਨਾ ਕਿਤੇ ਖਤਮ ਕਰਨ ਦੇ ਕਾਰੇ ਕੀਤੇ ਆ ਔਰ ਅੱਗੇ ਰੋਜ਼ਗਾਰ ਲਈ ਵੀ ਗੱਲਬਾਤ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ ਮੈਡਮ ਕੀ ਨਾਮ ਕਮਲ ਮੈਡਮ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਇਲੈਕਸ਼ਨ ਚੱਲਦੇ ਪਿਆ ਕਿਹਨੂੰ ਸਟਰੋਂਗ ਕੈਂਡੀਡੇਟ ਦੇਖਦੇ ਹੋ ਕਿ ਜਿਹੜਾ ਕਿ ਪੰਜਾਬ ਦਾ ਕਿ ਸੁਧਾਰ ਕਰੇ ਸਾਡੇ ਜਿਹੜੇ ਨੌਜਵਾਨ ਹੈਗੇ ਪੀੜ੍ਹੀ ਆ ਉਹਨਾਂ ਨੂੰ ਰੋਜ਼ਗਾਰ ਦੇਵੇ ਨੌਕਰੀਆਂ ਦੇਵੇ ਹਾਂਜੀ ਇਹ ਤਾਂ ਹੈ ਸਭ ਤੋਂ ਵੱਡੀ ਗੱਲ ਬੱਚਿਆਂ ਦੀ ਬੱਚਿਆਂ ਨੂੰ ਨਸ਼ੇ ਮੁਕਤ ਕਰਨਾ ਚਾਹੀਦਾ ਜਿਹੜਾ ਪੰਜਾਬ ਇੰਨਾ ਖਾਣ ਡਿਆ ਗੌਰਮੈਂਟ ਦੇ ਕੰਮ ਆਏ ਸਾਰੇ ਹਾਂਜੀ ਤੇ ਇਹ ਬੱਚਿਆਂ ਨੂੰ ਵਧੀਆ ਰੋਜ਼ਗਾਰ ਦੇਣ ਜੋ ਵੀ ਸੀਐਮ ਆਵੇ ਜੋ ਵੀ ਬਿਲਕੁਲ ਕੀ ਲੱਗਦਾ ਕਿ ਕਿਹੜੇ ਇਦਾਂ ਦੇ ਸੀਐਮ ਆਉਗੇ ਜਿਹੜੇ ਰੋਜ਼ਗਾਰ ਦੋਗੇ ਨੌਕਰੀ ਕੋਈ ਨਹੀਂ ਲੱਗਦਾ ਕੋਈ ਕਾਮਯਾਬ ਨਹੀਂ ਹੋਇਆ ਗਾਂ ਚੰਨੀ ਆ ਰਿਹਾ ਹੁਣ ਇਹਦਾ ਦੇਖਦੇ ਆ ਵੀ ਇਹ ਵਧੀਆ ਤਰੀਕੇ ਨਾਲ ਕਰਦਾ ਕੀ ਲੱਗਦਾ ਚੰਨੀ ਦਾ ਤਾਂ ਹੀ ਆਉਗਾ ਜੇ ਆਪਾਂ ਵੋਟ ਪਾਵਾਂਗੇ ਚਾਹੁੰਦੇ ਆਪਾਂ ਵੀ ਚੰਨੀ ਆਵੇ ਹਨਾ ਪਰ ਜੇ ਸਾਡੀਆਂ ਵੀ ਗੱਲਾਂ ਮੰਨਣ ਹਨਾ ਤਾਂ ਰਹੀ ਆ ਹਾਂਜੀ ਕੀ ਲੱਗਦਾ ਕਿ ਉਹ ਆਉਗੇ ਉਹ ਗੱਲਾਂ ਮੰਨੂਗੇ ਹਾਂਜੀ ਚੰਨੀ ਨੂੰ ਚਾਹੁੰਦੇ ਆ ਆਪਾਂ ਵੀ ਆਵੇ ਉਹ ਸੀਐਮ ਬਣੇ ਆਪਣਾ ਜਿਹੜੀ ਅਸੀਂ ਗੱਲ ਕਰੀਏ ਵਾਅਦਿਆਂ ਦੀ ਤਾਂ ਅੱਗੇ ਵੀ ਕਾਂਗਰਸ ਦੇ ਜਿਹੜੇ ਵਾਅਦਿਆਂ ਦੀ ਜਿਹੜੀ ਲੜੀ ਆ ਬਹੁਤ ਲੰਬੀ ਆ ਹਾਂਜੀ ਪਹਿਲਾਂ ਵੀ ਕਾਂਗਰਸ ਨੇ ਬਹੁਤ ਵਾਅਦੇ ਕੀਤੇ ਸੀ ਕੀ ਲੱਗਦਾ ਕਿ ਉਹ ਵਾਅਦੇ ਨਿਭਾਏ ਸੀ ਉਹਨਾਂ ਨੇ ਕਾਂਗਰਸ ਨਿਭਾਉਂਦੀ ਸੀ ਵਾਅਦੇ ਹੁਣ ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਨਿਭਾਏ ਸਾਹਿਬ ਨੇ ਥੋੜੇ ਨਹੀਂ ਨਿਭਾਏ ਠੀਕ ਆ ਅਸੀਂ ਮੰਨਦੇ ਇਸ ਗੱਲ ਨੂੰ ਕੀ ਹੁਣ ਦੁਬਾਰਾ ਤੋਂ ਕਿੱਦਾਂ ਵਿਸ਼ਵਾਸ ਕਰੋਗੇ ਕਿ ਉਹ ਆ ਕੇ ਵਾਅਦੇ ਨਿਭਾਉਗੇ ਹੁਣ ਵਿਸ਼ਵਾਸ ਤਾਂ ਕਰਕੇ ਚੱਲਣਾ ਪੈਣਾ ਹੁਣ ਪ੍ਰਗਟ ਸਿੰਘ ਜੀ ਆ ਉਹ ਕਾਫੀ ਹੈਲਪ ਕਰ ਰਹੇ ਆਪਣੇ ਪਿੰਡ ਨੂੰ ਵੀ ਜੇ ਗੱਲ ਕਰੀਏ ਆਪਾਂ ਹੋਰ ਸਰਕਾਰ ਹੋਰ ਸਰਕਾਰਾਂ ਦੀ ਗੱਲ ਕਰੀਏ ਬੀਜੇਪੀ ਪਾਰਟੀ ਦੀ ਜੇ ਗੱਲ ਕਰੀਏ ਆਪਾਂ ਅਕਾਲੀ ਦਲ ਔਰ ਬੀਐਸਪੀ ਦੀ ਸਮਾਜਵਾਦੀ ਪਾਰਟੀ ਦੀ ਜਾਂ ਆਪਾਂ ਗੱਲ ਕਰੀਏ ਜੇ ਗੱਲ ਕਰੀਏ ਜਿਹੜੇ ਆਜ਼ਾਦ ਖੜੇ ਜਾਂ ਕਿਸਾਨ ਪਾਰਟੀ ਉਹਨਾਂ ਬਾਰੇ ਕੀ ਖਿਆਲ ਆ ਸਪੋਰਟ ਤਾਂ ਇੱਕ ਪਾਰਟੀ ਨੂੰ ਹੀ ਹੋਣੀ ਆ ਨਾ ਸਾਰਿਆਂ ਨੂੰ ਥੋੜਾ ਆਪਾਂ ਕਰ ਸਕਦੇ ਆ ਵੋਟਾਂ ਹੋਣੀਆਂ ਤੁਹਾਡੇ ਪਿੰਡ ਦੀਆਂ ਸਾਡੇ ਪਿੰਡ ਦੀਆਂ ਬਹੁਤ ਵੋਟਾਂ ਆ ਬਹੁਤ ਵੱਡਾ ਪਿੰਡ ਆ ਕਿਹਨੂੰ ਵੋਟਾਂ ਜਾਊਗੀ ਇਸ ਵਾਰ ਕਾਂਗਰਸ ਨੂੰ ਜਾਊਗੀਆਂ ਜ਼ਿਆਦਾ ਲੱਗ ਰਹੀਆਂ ਹਾਂਜੀ ਤੁਹਾਡੇ ਆਪਣੇ ਪਰਿਵਾਰ ਦੀ ਕਿੰਨੀਆਂ ਵੋਟਾਂ ਸਾਡੀਆਂ ਚਾਰ ਚਾਰ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਨਹੀਂ ਲਵਾਏ ਆ ਤਿੰਨ ਸਮਰਸੀਬਲ ਹਾਂ ਇਸ ਪਿੰਡ ਚ ਠੀਕ ਹੈ ਜੀ ਕਿੱਥੇ ਲੱਗਿਆ ਚਾਰ ਚਾਰ ਮਾਤਾ ਜੀ ਆ ਤੁਸੀਂ ਇਸੀ ਪਿੰਡ ਦੇ ਹੋ ਇਸੀ ਪਿੰਡ ਦੇ ਜਿੱਦਾਂ ਆਪਾਂ ਉੱਥੇ ਸਾਡੀ ਹੋਰ ਮਾਤਾ ਨਾਲ ਗੱਲਬਾਤ ਕੀਤੀ ਸੀ ਉੱਥੇ ਬੈਠੇ ਸੀਗੇ ਉਹਨਾਂ ਦਾ ਕਹਿਣਾ ਕਿ ਜਿਹੜੀ ਆ ਸੜਕ ਆ ਹਲੇ ਤੱਕ ਨਹੀਂ ਬਣੀ ਇਹ ਬਣਾਉਣੀ ਚਾਹੁੰਦੇ ਆ ਅਸੀਂ ਹਨਾ ਇਹ ਬਣਾਉਣੀ ਉਹਨਾਂ ਦਾ ਕਹਿਣਾ ਕਿ ਇਹ ਸੜਕ ਨਹੀਂ ਬਣੀ ਅੱਧੇ ਪਿੰਡ ਚ ਸਿਵਰੇਜ ਪੈ ਗਿਆ ਅੱਧੇ ਚ ਨਹੀਂ ਪਿਆ ਉਹਦਾ ਕਾਰਨ ਨਹੀਂ ਪਿਆ ਇਹ ਜ਼ਰੂਰੀ ਪੈਣੀ ਚਾਹੀਦੀ ਹੈ ਉਹਦਾ ਕਾਰਨ ਫੌਜ ਨਹੀਂ ਕਰਨ ਦਿੰਦੀ ਸਾਨੂੰ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਏਰੀਆ ਇਹ ਲਾਲ ਲਕੀਰ ਚ ਆਉਂਦਾ ਨਹੀਂ ਨਹੀਂ ਆਰਮੀ ਵਾਲਿਆਂ ਚ ਆਉਂਦਾ ਆ ਹਾਂ ਇਹ ਨਹੀਂ ਕਰਨ ਦਿੰਦੇ ਉਹੀ ਲਾਲ ਲਕੀਰ ਚ ਤੇ ਲੇਕਿਨ ਚੰਨੀ ਸਾਹਿਬ ਨੇ ਵਾਅਦੇ ਵੀ ਕੀਤੇ ਸੀ ਜਿਹੜੇ ਲਾਲ ਲਕੀਰ ਦੇ ਮਕਾਨ ਆ ਉਹ ਪੱਕੇ ਕੀਤੇ ਜਾਊਗੇ ਰਜਿਸਟਰੀਆਂ ਕੀਤੀ ਜਾਊਗੀ ਸਾਰੇ ਲਾਲ ਲਕੀਰ ਚ ਆ ਮਕਾਨ ਤੇ ਕੀ ਲੱਗਦਾ ਕਿ ਜਿਹੜੇ ਵਾਅਦੇ ਆ ਚੰਨੀ ਸਾਹਿਬ ਨੇ ਕੀਤੇ ਉਹ ਪੂਰੇ ਹੋਣਗੇ ਹੁਣ ਅਸੀਂ ਕਰਾਵਾਂਗੇ ਦਾਅਵੇ ਅਸੀਂ ਪੂਰੇ ਸਾਡੇ ਹੋਣੇ ਚਾਹੀਦੇ ਹੋਣੇ ਚਾਹੀਦੇ ਹਾਂ ਯਾਰ ਤੁਹਾਡਾ ਚੈਨਲ ਇੱਥੇ ਪਹੁੰਚਿਆ ਕੀ ਆਵਾਜ਼ ਪਹੁੰਚਾਉਣਾ ਚਾਹੋਗੇ ਚੰਨੀ ਸਾਹਿਬ ਤੱਕ ਜਿਹੜੇ ਤੁਹਾਨੂੰ ਦੇਖਦੇ ਪਿਆ ਸੁਣਦੇ ਪਿਆ ਅਸੀਂ ਦੇਖੋ ਜੀ ਸਾਨੂੰ ਜਿਨ੍ਹਾਂ ਦੇ ਕੋਲ ਛੋਟੇ ਘਰ ਆ ਜਿਨ੍ਹਾਂ ਦੇ ਨਹੀਂ ਅਸੀਂ ਚਾਰ ਪਰਿਵਾਰ ਇੱਕ ਘਰ 'ਚ ਰਹਿੰਦੇ ਹਾਂ ਸਾਡਾ ਦੇਖ ਲਓ ਜਾ ਕੇ ਉਹਨਾਂ ਨੂੰ ਕੁਛ ਉਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਆ ਹਨਾ ਦੂਜੀ ਸਾਡੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਵੀ ਹੈਲਪ ਚਾਹੀਦੀ ਆ ਬਿਲਕੁਲ ਨੌਕਰੀਆਂ ਚਾਹੀਦੀਆਂ ਨੌਕਰੀਆਂ ਚਾਹੀਦੀਆਂ ਬਿਲਕੁਲ ਔਰ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਵੋਟ ਸਾਡੀ ਜਾਣੀ ਆ ਕਾਂਗਰਸ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਤੁਸੀਂ ਦੇਖਿਆ ਕਿ ਜਿਹੜੇ ਆਪਣੀ ਆਪਣੀ ਰਾਏ ਕਿਸ ਤਰੀਕੇ ਨਾਲ ਆਪਣੇ ਸਾਹਮਣੇ ਰੱਖਦੇ ਪਏ ਆ ਕੁਛ ਹੋਰ ਲੋਕ ਵੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਨਮਸਕਾਰ ਨਮਸਕਾਰ ਜੀ ਤੇ ਸਰ ਜਿੱਦਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਹੇ ਪਏ ਆ ਤਾਂ ਕਿਹਨੂੰ ਕਿਹੜੀ ਸਰਕਾਰ ਸਟਰੋਂਗ ਦੇਖਦੇ ਆ ਜਿਹੜੇ ਕਿ ਸਾਡੇ ਆਉਣ ਵਾਲੇ ਕਾਰਜ ਕਰੇ ਸਾਡੇ ਬੱਚਿਆਂ ਦਾ ਜਿਹੜਾ ਕਿ ਭਵਿੱਖ ਬਾਰੇ ਨੌਕਰੀਆਂ ਮਿਲੇ ਵਿਕਾਸ ਹੋਵੇ ਦੇਖੋ ਜੀ 38 ਸਾਲ ਨੌਕਰੀ ਕਿਵੇਂ ਕਰਕੇ ਆਇਆ ਠੀਕ ਹੈ ਜੀ ਸਾਡੇ ਇੱਕ ਬੱਚੇ ਨੂੰ ਨੌਕਰੀ ਨਹੀਂ ਮਿਲੀ ਹੁਣ ਜਦ
ਦੇਖੋ ਦੇਖੋ ਬਰਾਤ ਜੇ ਸਾਡਾ ਸਾਡਾ ਅਸੀਂ ਉਹਨਾਂ ਨਾਲ ਜੁੜੇ ਹੋਏ ਨਾ ਤੇ ਵਿਕਾਸ ਹੋਊਗਾ ਵਿਕਾਸ ਹੋਊਗਾ ਕੈਪਟਨ ਨੇ ਪੱਠਾ ਬਿਠਾਤਾ ਸਾਡਾ ਬਿਲਕੁਲ ਜੇ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਇੱਕ ਵੀ ਨਹੀਂ ਤੇ ਸਰ ਕੀ ਕਹਿਣਾ ਚਾਹੋਗੇ ਇਸ ਵਾਰ ਕਿਹਦੀ ਸਰਕਾਰ ਆਉਣੀ ਚਾਹੀਦੀ ਸਰਕਾਰ ਦੇਖੋ ਜੀ ਅਸੀਂ ਇਹਦੇ ਵਿੱਚ ਮੈਂ ਨਹੀਂ ਕਹਿ ਸਕਦਾ ਤੇ ਸਰ ਇੱਥੇ ਆਪਾਂ ਸਾਡੀਆਂ ਵੋਟਾਂ ਦੇ ਹਿਸਾਬ ਪੈਣ ਵੋਟਾਂ ਸਾਡੀਆਂ ਸਾਡੇ ਹੁਣ ਮੁੰਡੇ ਨੂੰ ਪੈ ਜਾਣ ਤਾਂ ਇਹ ਜਿੱਤ ਜਾਣ ਬਿਲਕੁਲ ਬਿਲਕੁਲ ਇੱਕ ਪਾਸੇ ਸਰ ਆਪਾਂ ਕਹਿ ਰਹੇ ਵੀ ਆਪਾਂ ਪੂਰੀ ਸਪੋਰਟ ਕਰਾਂਗੇ ਆਪਾਂ ਬਰਾਦਰੀ ਦੇ ਨਾਲ ਦੂਸਰੇ ਪਾਸੇ ਆਪਾਂ ਇਹ ਵੀ ਕਹਿ ਰਹੇ ਖੁੱਲ੍ਹ ਕੇ ਨਹੀਂ ਬੋਲ ਸਕ ਰਹੇ ਕਿ ਆਪਾਂ ਨਹੀਂ ਕਹਿ ਸਕਦੇ ਕਿ ਤੁਹਾਡੀ ਵੋਟ ਨਾਲ ਹੀ ਸੀਐਮ ਬਣੂਗਾ ਤੁਹਾਡੀ ਵੋਟ ਨਾਲ ਹੀ ਐਮਐਲਏ ਬਣੂਗਾ ਕਿਹਨੂੰ ਜਿਤਾਉਣਾ ਚਾਹੁੰਦਾ ਮੰਨਦਾ ਇਹ ਚੀਜ਼ ਨੂੰ ਸੀਐਮ ਜਿਹੜਾ ਬਣੂਗਾ ਸਾਡੀ ਵੋਟ ਨਾਲ ਅਸੀਂ 38 ਸਾਲ ਨੌਕਰੀ ਕੀਤੀ ਸਾਨੂੰ ਇਹ ਪਤਾ ਬਿਲਕੁਲ ਕਿ ਸਾਡੇ ਬੱਚੇ ਜਿਹੜੇ ਨਾ ਇੱਕ ਨੂੰ ਨੌਕਰੀ ਨਹੀਂ ਮਿਲੀ ਬਿਲਕੁਲ ਕੀ ਉਮੀਦ ਕਰਦੇ ਹੋ ਸਰ ਅਗਰ ਸੀਐਮ ਆਪਣਾ ਆਉਂਦਾ ਚਰਨਜੀਤ ਸਿੰਘ ਚੰਨੀ ਜਿਹਨੂੰ ਤੁਸੀਂ ਚਾਹ ਰਹੇ ਹੋ ਵੋਟ ਪਾਉਣਾ ਚਾਹੁੰਦੇ ਹੋ ਕਿ ਅਗਰ ਉਹ ਆਉਂਦੇ ਆ ਕਿ ਨੌਕਰੀਆਂ ਮਿਲੂਗੀ ਬੱਚਿਆਂ ਨੂੰ ਵਿਕਾਸ ਹੋਊਗਾ ਫਿਰ ਅਸੀਂ ਧੱਕੇ ਨਾਲ ਨੌਕਰੀਆਂ ਲਵਾਵਾਂਗੇ ਔਰ ਕਹਾਂਗਾ ਨੌਕਰੀ ਦਿਓ ਨੌਕਰੀ ਦਿਓ ਔਰ ਮਿਲੂਗੀ ਤੇ ਸਰ ਗੱਲ ਕਰੀਏ ਅਗਰ ਭਗਵੰਤ ਮਾਨ ਦੀ ਇੱਕ ਨਵਾਂ ਚਿਹਰਾ ਹੈਗਾ ਆਮ ਆਦਮੀ ਪਾਰਟੀ ਦੀ ਕਈ ਪਿੰਡਾਂ ਦੇ ਵਿੱਚ ਜਿੱਦਾਂ ਅਸੀਂ ਸਰਵੇ ਕੀਤਾ ਜਿੱਦਾਂ ਸਾਡਾ ਸ਼ੋਅ ਚੱਲ ਰਿਹਾ ਪਬਲਿਕ ਦੀ ਰਾਏ ਕਾਫੀ ਅੱਛਾ ਰੁਝਾਨ ਆਮ ਆਦਮੀ ਪਾਰਟੀ ਦਾ ਵੀ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਕੀ ਖਿਆਲ ਹੈ ਦੇਖੋ ਜੀ ਸਾਡਾ ਉਹਦੇ ਬਾਰੇ ਤਾਂ ਅਸੀਂ ਕਹਿ ਨਹੀਂ ਸਕਦੇ ਅਸੀਂ ਤਾਂ ਇਹਦੇ ਬਾਰੇ ਕਹਿ ਸਕਦੇ ਹਾਂ ਠੀਕ ਹੈ ਜੀ ਕੀ ਲੱਗਦਾ ਸਰ ਇੱਥੇ ਫਾਈਟ ਹੈਗੀ ਜਿੱਦਾਂ ਗੱਲ ਕਰੀਏ ਬੀਜੇਪੀ ਦੀ ਇੱਥੋਂ ਸਰਬਜੀਤ ਸਿੰਘ ਮੱਕੜਾ ਗੱਲ ਕਰੀਏ ਆਪਾਂ ਪ੍ਰਗਟ ਸਿੰਘ ਜਿਹੜੇ BSP ਔਰ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਆ ਇੱਧਰੋਂ ਮੌਜੂਦਾ MLA ਜਿਹੜੇ ਪ੍ਰਗਟ ਸਿੰਘ ਔਰ ਆਮ ਆਦਮੀ ਪਾਰਟੀ ਤੋਂ ਸੁਰਿੰਦਰ ਸਿੰਘ ਸੋਢੀ ਜੀ ਤੇ ਇੱਕ ਤਗੜੀ ਫਾਈਟ ਹੋ ਗਈ ਦੇਖੋ ਮੈਂ ਆਪਾਂ ਕਦੀ ਲੋਕ ਲਾਭਾ ਨਹੀਂ ਕੀਤਾ ਸਾਨੂੰ 47 ਤੋਂ ਪਹਿਲਾਂ ਜਨਮਿਆ ਮੇਰਾ ਠੀਕ ਹੈ ਜੀ 70 ਸਾਲਾਂ ਦਾ ਸੀ ਉਸ ਵੇਲੇ ਆਹ ਜਿਹੜਾ ਬੰਦਾ ਇਹਨਾਂ ਨੇ ਇੱਥੇ ਕਾਂਗਰਸ ਨੇ ਖੜਾ ਕੀਤਾ ਬੰਦਾ ਮਾੜਾ ਬੰਦੇ ਨੂੰ ਵੋਟ ਨਹੀਂ ਅਸੀਂ ਉਹਦੇ ਕਰਕੇ ਪਾਉਣੀਆਂ ਵੋਟ ਠੀਕ ਹੈ ਜੀ ਤੇ ਵੋਟ ਤੁਸੀਂ MLA ਦੇ ਮੂੰਹ ਨੂੰ ਨਹੀਂ ਪਾਣੀ ਵੋਟ ਜਿਹੜੀ CM ਦੇ ਚਿਹਰੇ ਨੂੰ ਪਾਣੀ ਆ ਅਸੀਂ ਪੱਕਾ BSP ਨੂੰ ਵੋਟ ਪਾਉਂਦੇ ਸੀ ਅੱਜ ਤੋਂ ਲਾ ਕੇ ਪਰ ਐਤਕੀ ਨਹੀਂ ਪਾਉਣੀ ਉਹਨੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਕਿ ਕਿਤੇ ਨਾ ਕਿਤੇ ਜਿਹੜੀਆਂ ਅਸੀਂ ਪਹਿਲਾਂ ਵੀ ਤੁਹਾਨੂੰ ਤੁਹਾਡੇ ਆਪਣੇ ਚੈਨਲ 'ਤੇ ਦਿਖਾਉਂਦੇ ਆਏ ਕਿ ਇਸ ਤਰੀਕੇ ਨਾਲ ਜਿਹੜਾ ਕਿ ਇਹ 2 ਦਿਨ ਦੇ ਵਿੱਚ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਉਲਟ ਫੇਰ ਹੋਈ ਆ ਕਿਸ ਤਰੀਕੇ ਨਾਲ CM ਚਿਹਰਾ ਜਿਹੜਾ ਕਾਂਗਰਸ ਪਾਰਟੀ ਵੱਲੋਂ ਲਾਂਚ ਕਰਨ ਤੋਂ ਬਾਅਦ ਜਿਹੜੀ ਕਿਤੇ ਨਾ ਕਿਤੇ ਜਿਹੜੀ ਚੰਨੀ ਚੰਨੀ ਹੋਈ ਪਈ ਆ BSP ਦੀ ਵੋਟਾਂ ਵੀ ਜਿਹੜੀਆਂ ਟੁੱਟ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਆਉਂਦੀਆਂ ਨਜ਼ਰ ਆ ਰਹੀਆਂ ਅਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਮਹਿੰਦਰ ਕੌਰ ਮਾਤਾ ਜੀ ਕੀ ਚਾਹੁੰਦੇ ਹੋ ਇਸ ਵਾਰ ਕਿਹਦੀ ਸਰਕਾਰ ਆਉਣੀ ਚਾਹੀਦੀ ਅਸੀਂ ਤਾਂ ਕਹਿੰਦੇ ਚੰਨੀ ਨੂੰ ਵੋਟ ਪਾਉਣੀ ਆ ਚੰਨੀ ਨੂੰ ਹੀ ਵੋਟ ਪਾਉਣੀ ਆ ਹਾਂਜੀ ਤੇ ਕੀ ਲੱਗਦਾ ਕਿ ਏਰੀਏ ਦੇ ਜਿਹੜੇ ਵਿਕਾਸ ਕਰ ਰਹੇ ਆ ਚਰਨਜੀਤ ਸਿੰਘ ਚੰਨੀ ਆਊਗੇ ਤਾਂ ਹੋਊਗੇ ਹਾਂ ਜ਼ਰੂਰ ਹੋਊਗੇ MLA ਕਿਹਨੂੰ ਦੇਖਦੇ ਹੋ ਤੁਸੀਂ ਆਪਣੇ ਏਰੀਏ ਦਾ ਅਸੀਂ ਤਾਂ ਚੰਨੀ ਆ ਗੱਲ ਕਰੀਏ ਖੇਡਾਂ ਦੀ ਵਿਕਾਸ ਦੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਖੇਡਾਂ ਮਿਲੇ ਵਿਕਾਸ ਮਿਲੇ ਨੌਕਰੀਆਂ ਮਿਲੇ ਉਹ ਕਿਹੜੀ ਸਰਕਾਰ ਕਰ ਸਕਦੀ ਕਿੰਨੀ ਕਿੰਨੀਆਂ ਪੜ੍ਹੇ ਆ ਲੋ ਨਿਆਣੇ ਜਿਹੜੇ ਤੁਰੇ ਫਿਰਦੇ ਉਦਾਂ ਹੀ ਹਾਂਜੀ ਬਿਨਾਂ ਨੌਕਰੀਆਂ ਤੋਂ ਤੇ ਅੱਜ ਤੁਹਾਡੀ ਆਵਾਜ਼ ਬਣ ਕੇ ਤੁਹਾਡਾ ਚੈਨਲ ਆਪਣਾ ਤੁਹਾਡੇ ਪਿੰਡ ਪਹੁੰਚਿਆ ਕੀ ਆਵਾਜ਼ ਪਹੁੰਚਾਉਣਾ ਚਾਹੋਗੇ ਸਰਕਾਰਾਂ ਤੱਕ ਕੀ ਕਹਿਣਾ ਚਾਹੋਗੇ ਕਿ ਉਹ ਤੁਹਾਨੂੰ ਸੁਣਦੇ ਪਿਆ ਦੇਖਦੇ ਪਿਆ ਹਾਂ ਅਸੀਂ ਸਾਨੂੰ ਯਕੀਨ ਆ ਉਹਨਾਂ ਤੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਅਸੀਂ ਤਾਂ ਇਹ ਕਹਾਂਗੇ ਵੀ ਵੋਟ ਚੰਨੀ ਚੰਨੀ ਨੂੰ ਪਾਉਣੀ ਆ ਚੰਨੀ ਹੋਣਾ ਚਾਹੀਦਾ ਵਿਕਾਸ ਕਾਰਜ ਦੀ ਕੀ ਉਮੀਦ ਕਰਦੇ ਹੋ ਕਿਹੜੇ ਵਿਕਾਸ ਉਹਨਾਂ ਨੂੰ ਕਰਨੇ ਚਾਹੀਦੇ ਇਸ ਬਾਰੇ ਤਾਂ ਮੈਨੂੰ ਕੋਈ ਜਿਹੜੇ ਵਿਕਾਸ ਨੌਕਰੀਆਂ ਵਗੈਰਾ ਕੀ ਉਮੀਦ ਕਰਦੇ ਉਹਨਾਂ ਕੋ ਆਹੋ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਹੜੇ ਪੜ੍ਹ ਲਿਖ ਕੇ ਉਦਾਂ ਹੀ ਵਿਚਾਰੇ ਤੁਰੇ ਫਿਰਦੇ ਆ ਹਾਂਜੀ ਹਾਂਜੀ ਦਿਹਾੜੀਆਂ ਕਰਦੇ ਇੰਨੇ ਹਾਂਜੀ ਦਿਹਾੜੀਆਂ ਕਰਦੇ ਆ ਜਿਹੜੇ ਮੁੰਡੇ ਆ ਉਦਾਂ ਹੀ ਤੁਰੇ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਆ ਬਿਲਕੁਲ ਜੀ ਹਾਂਜੀ ਜੇ ਗੱਲ ਕਰੀਏ ਨੌਕਰੀਆਂ ਦੀ ਆਪਣਾ ਕੀ ਖਿਆਲ ਹੈਗਾ ਨੌਕਰੀਆਂ ਬਾਰੇ ਕੀ ਸਰਕਾਰ ਦਊਗੀ ਆਸ ਤਾਂ ਪੂਰੀ ਆ ਜਿੱਦਾਂ ਵਾਅਦੇ ਕਰ ਰਹੇ ਆ ਠੀਕ ਆ ਤੇ ਕੀ ਆਵਾਜ਼ ਪਹੁੰਚਾਉਣਾ ਚਾਹੋਗੇ ਅੱਜ ਤੁਹਾਨੂੰ ਦੇਖਦੇ ਪਿਆ ਤੁਹਾਡਾ ਆਪਣੇ ਚੈਨਲ ਦੇ ਥਰੂ ਉਹਨਾਂ ਦੇ ਕੰਨਾਂ ਦੇ ਵਿੱਚ ਕੀ ਆਵਾਜ਼ ਪਹੁੰਚਾਉਣਾ ਚਾਹੋਗੇ ਅੱਜ ਤਾਂ ਇਹ ਆਵਾਜ਼ ਪਹੁੰਚਾਣੀ ਆ ਵੀ ਨਸ਼ਾ ਹਟਾਉਣਾ ਚਾਹੀਦਾ ਬੱਚਿਆਂ ਨੂੰ ਨੌਕਰੀ ਪੜ੍ਹਿਆ ਲਿਖਿਆ ਨੂੰ ਮਿਲਣੀ ਚਾਹੀਦੀ ਜਿਹੜੇ ਦਿਹਾੜੀ ਕਰ ਰਹੇ ਆ ਇੰਨਾ ਇੰਨਾ ਪੜ੍ਹ ਕੇ ਬਸ ਹੋਰ ਤਾਂ ਅਸੀਂ ਕੁਛ ਨਹੀਂ ਮੰਗਦੇ ਇਹੀ ਕਹਿੰਦੇ ਅਸੀਂ ਬੱਚਿਆਂ ਨੂੰ ਨੌਕਰੀ ਮਿਲ ਜਾਏ ਸਭ ਕੁਛ ਮਿਲ ਗਿਆ ਹਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਇਹ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਾਡੀ ਬੀਬੀਆਂ ਭੈਣਾਂ ਮਾਤਾਵਾਂ ਸੀਗੀਆਂ ਉਹਨਾਂ ਨੇ ਆਪਣੀ ਵਿਚਾਰ ਆਪਣੀ ਰਾਏ ਤੁਹਾਡੇ ਸਾਹਮਣੇ ਰੱਖੀ ਉਹਨਾਂ ਦਾ ਕਹਿਣਾ ਕਿ ਅਗਰ ਕੋਈ ਵਿਕਾਸ ਕਰ ਸਕਦਾ ਤਾਂ ਸਿਰਫ ਔਰ ਸਿਰਫ ਚਰਨਜੀਤ ਸਿੰਘ ਚੰਨੀ ਕਰ ਸਕਦਾ ਕਿਉਂਕਿ ਉਹਨਾਂ ਨੂੰ ਉਹਨਾਂ 'ਤੇ ਵਿਸ਼ਵਾਸ ਆ ਅਤੇ ਆਪਣੇ ਬੱਚਿਆਂ ਦੇ ਲਈ ਉਹ ਅੱਜ ਉਹਨਾਂ ਨੂੰ ਵੋਟ ਪਾਓਗੇ ਵਿਕਾਸ ਕਾਰਜ ਜਿਹੜੇ ਉਹਨਾਂ ਦੇ ਪਿੰਡ ਦੇ ਉਹਨਾਂ ਦੇ ਏਰੀਏ ਦੇ ਰੁਕੇ ਹੋਏ ਆ ਉਹ ਆਉਣ ਵਾਲੀ ਸਰਕਾਰ ਜ਼ਰੂਰ ਕਰੂਗੀ ਅਤੇ ਉਹਨਾਂ ਨੂੰ ਯਕੀਨ ਆ ਕਿ ਜਿਹੜੀ ਇਹਨਾਂ ਦੇ ਪਿੰਡ ਦੇ ਜਿਹੜੇ 50% ਕੰਮ ਰੁਕੇ ਆ ਅਤੇ ਸਰਕਾਰਾਂ ਨੇ ਵਾਅਦੇ ਦਾਅਵੇ ਕੀਤੇ ਸੀਗੇ
कि ये जड़े उन्होंने घर आ लाल लकीर के और ये पक्के कर दिए जाऊंगे भी उन्होंने रजिस्ट्रियां हो गया उन्होंने बच्चों रोज़गार मिलेगा नौकरी मिलेगी। इस लैके उन्होंने कहना कि असी वोट इस बार कांग्रेस को पावे असी तेजे अपने चैनल पर आए से अच्छ सोफी पिंड दिखाया ताड़ी राय जानी कि ताड़ी राय की आ तुसी की चाहते हो इस बार सरकार के दी चाहते हो किनू सीएम देखते हो इलाके का एमएलए किनू देखते हो तो पब्लिक जनता जनार्दन ने अपनी राय ताड़े सामने रखी आ गल करी आ बाकी पार्टियां दियां ते किते भी जिहड़ा कि इत्थे इस एरिए दे विच उन्हां दा खाता खुलदा नज़र नहीं आ रहा। सर जिदा कि तुसी देखते पे हो पंजाब दे विच इलैक्शन चलते पे आ अज आप पंजाब दे विच अपने जलंधर कैंट हल्के दे विच किन्ना कु ज़्यादा ताड़े एरिए दे विच विकास होया ते गल करिए पंजाब दे विच किहड़ी गौरमेंट देखदे हो जिहड़ा आ के सुधार करे साडे बच्चों नूं नौकरियां दवे अते विकास कार्य करे। ਸਾਡੇ ਪਿੰਡ ਦੇ ਵਿੱਚ ਤੇ ਬੰਦੇ ਇਹੋ ਜਿਹੇ ਲੀਡਰ ਹੈਗਾ ਆ ਕਿ ਵੋਟਾਂ ਲੈ ਗਿਆ ਮੁੜ ਕੇ ਆ ਕੇ ਬਾਤ ਨਹੀਂ ਪੁੱਛੀ ਉਹਨੇ। ਅੱਛਾ ਜੀ ਤੇ ਸਮਝਦੇ ਗੱਲ ਨੂੰ ਹੁਣ ਉਹ ਵੋਟਾਂ ਲੈਣ ਲਈ ਦੁਬਾਰੇ ਆ ਗਿਆ ਕਿਸ ਮੂੰਹ ਨਾਲ ਵੋਟ ਮੰਗਣ ਆਇਆ। ਬਿਲਕੁਲ ਕੀ ਲੱਗਦਾ ਸਰ ਇਸ ਵਾਰੀ ਕਿਹਦੀ ਸਰਕਾਰ ਆਊਗੀ ਉਹਨਾਂ ਨੇ ਕੰਮ ਨਹੀਂ ਕੀਤੇ? ਸਾਨੂੰ ਲੱਗਦਾ ਹੈਗਾ ਆ ਬਾ ਇੱਥੋਂ ਬਰਾੜ ਜਿੱਤੇਗਾ। ਅੱਛਾ ਬਰਾੜ ਸ਼ਰਮ ਜਿੱਤੇਗਾ। ਠੀਕ ਆ ਜੀ ਹਾਂ ਤੇ ਸਰ ਉਹ ਬਾਕੀ ਜਿਹੜੀਆਂ ਸਰਕਾਰਾਂ ਹੈਗੀਆਂ ਜਿੱਦਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸਮਾਜਵਾਦੀ ਦੀ ਕਰੀਏ ਜਿਹੜੇ ਆਜ਼ਾਦ ਖੜੇ ਉਹਨਾਂ ਦੀ ਗੱਲ ਦੇਖੋ ਗੱਲ ਇੱਦਾਂ ਹੈਗੀ ਆ ਵੀ ਸਾਨੂੰ ਇਹ ਦਾਲ ਰੋਟੀ ਦੇ ਉੱਤੇ ਇਹਨਾਂ ਨੇ ਲਾਇਆ ਹੋਇਆ ਆ ਗੌਰਮੈਂਟਾਂ ਨੇ। ਬਿਲਕੁਲ ਦਾਲ ਰੋਟੀ ਤਾਂ ਅਸੀਂ ਘਰ ਅੱਗੇ ਵੀ ਕਮਾ ਕੇ ਖਾਂਦੇ ਹਾਂ ਆਪਣੀ ਦਿਹਾੜੀ ਮਜ਼ਦੂਰੀ ਕਰਦੇ ਹਾਂ ਖਾਂਦੇ ਹਾਂ ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਫਰੀ ਹੋਵੇ ਇਹਨਾਂ ਨੂੰ ਨੌਕਰੀਆਂ ਹੋਣ। ਬਿਲਕੁਲ ਤੇ ਸਰ ਅਸੀਂ ਉਸੇ ਮੁੱਦੇ ਤੇ ਤੁਹਾਡਾ ਆਪਣਾ ਸ਼ੋਅ ਲੈ ਕੇ ਆਏ ਹਾਂ ਜਨਤਾ ਦੀ ਰਾਏ ਉਹਦੇ ਵਿੱਚ ਤੁਹਾਡੀ ਹੀ ਰਾਏ ਜਾਣਨਾ ਚਾਹੁੰਦੇ ਹਾਂ ਉੱਥੇ ਅਸੀਂ ਬੀਬੀਆਂ ਭੈਣਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਕਾਂਗਰਸ ਸਰਕਾਰ ਆਊਗੀ ਤੇ ਰੁਜ਼ਗਾਰ ਵੀ ਮਿਲੂਗਾ ਨਸ਼ਾ ਮੁਕਤ ਵੀ ਹੋਊਗਾ ਤੇ ਨੌਕਰੀਆਂ ਵੀ ਮਿਲੂਗੀਆਂ। ਦੇਖੋ ਇੱਦਾਂ ਆ ਕਾਂਗਰਸ ਸਰਕਾਰ ਨੇ ਪਿੱਛੇ ਸੀਗੀ 4.5 ਸਾਲ ਕੈਪਟਨ ਕਰ ਗਿਆ ਹਾਂਜੀ ਕੁਛ ਨਹੀਂ ਕੀਤਾ ਉਹਨੇ ਉਸੇ ਗਰੀਬ ਜਨਤਾ ਨੂੰ ਪੁੱਛਿਆ ਨਹੀਂ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲਿਆ ਉਹ ਠੀਕ ਹੈ ਕਿਤੇ ਅਰੁਸ਼ਾ ਦਾ ਜਨਮ ਦਿਨ ਮਨਾ ਤੇ ਕਿਤੇ ਉਹਦਾ ਉਹ ਬਣਾ ਠੀਕ ਹੈ ਤੇ ਉਦੋਂ ਬਾਅਦ ਚੰਨੀ ਆਇਆ 111 ਦਿਨਾਂ ਦੇ ਵਿੱਚ ਜੇ ਉਹਨੇ ਖੁਸ਼ ਕੰਮ ਕਾਰ ਗਰੀਬਾਂ ਦੇ ਕੀਤੇ ਆ ਬਿਜਲੀ ਦੇ ਬਿੱਲ ਮਾਫ਼ ਕੀਤੇ ਆ ਹੋਰ ਪਾਣੀ ਦੇ ਬਿੱਲ ਮਾਫ਼ ਕੀਤੇ ਆ ਤੇ ਉਹਦੇ ਤੇ ਆ ਈਡੀ ਲਾ ਦੇ ਤਾਂ ਕਦੀ ਕੁਛ ਲਾ ਦੇ ਉਦੋਂ ਬਦਨਾਮ ਕਰ ਰਹੀ ਹੈ ਕਾਹਦੀ ਗੌਰਮੈਂਟ ਹੈਗੀ ਆ। ਬਿਲਕੁਲ ਤੇ ਕੀ ਲੱਗਦਾ ਸਰ ਹੁਣ ਗੌਰਮੈਂਟ ਨੇ ਇੱਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰਾ ਲਾਂਚ ਕੀਤਾ ਕਿ ਲੱਗਦਾ ਕਿ ਉਹ ਆਉਗੇ ਉਹ ਫਿਰ ਦੁਬਾਰਾ ਜਿਹੜੇ 111 ਦਿਨ 'ਚ ਕੰਮ ਕੀਤੇ ਹੋਰ ਵਧੀਆ ਕਰ ਅਸੀਂ ਤਾਂ ਇਹ ਕਹਿੰਦੇ ਹਾਂ ਚੰਨੀ ਆਵੇ ਤਾਂ ਭਾਈਚਾਰੇ ਜਿਹੜਾ ਹੋਰ ਵਧੀਆ ਪੰਜਾਬ ਨੂੰ ਜੇ 111 ਦਿਨਾਂ 'ਚ ਇੰਨੀ ਉਹ ਕਰ ਸਕਦਾ ਤੇ 5 ਸਾਲਾਂ 'ਚ ਹੋਰ ਗਰੀਬ ਜਨਤਾ ਲਈ ਬਹੁਤ ਕੁਛ ਕਰ ਸਕਦਾ। ਬਿਲਕੁਲ ਤੇ ਸਰ ਕਿਹਨੂੰ ਜਾਊਗੀ ਅੱਜ ਆਪਣੀ ਵੋਟ ਕਿਹਨੂੰ ਜਾਊਗੀ? ਮੈਂ ਤਾਂ ਕਾਂਗਰਸ ਨੂੰ ਪਾਉਣੀ ਹੈਗੀ ਆ। ਠੀਕ ਆ ਜੀ ਕਾਂਗਰਸ ਨੂੰ। ਸੋ ਤੁਸੀਂ ਦੇਖਿਆ ਕਿ ਜਿਹੜੇ ਇੱਥੇ ਵੀ ਜਿਹੜੇ ਕਾਂਗਰਸ ਦੀ ਜਿਹੜੀ ਵੋਟ ਆ ਨਿਕਲ ਕੇ ਆ ਰਹੀ ਆ ਤੇ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ ਜਿਹੜੇ ਕਿ 4.5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕੰਮ ਨਹੀਂ ਕੀਤੇ ਉਸ ਨੂੰ ਲੈ ਕੇ ਤੇ ਅਤੇ ਮੌਜੂਦਾ ਜਿਹੜੇ MLA ਆ ਉਹਨਾਂ ਨੂੰ ਲੈ ਕੇ ਵੀ ਨਾਰਾਜ਼ਗੀ ਜਤਾਈ ਜਾ ਰਹੀ ਆ। ਸਰ ਆਪਣਾ ਕੀ ਨਾਮ ਆ? ਮੇਰਾ ਰਹਿਤ ਯਾਰ। ਤੇ ਸਰ ਕੀ ਅੱਜ ਦੇਖਦੇ ਹੋ ਕਿਹੜੀ ਸਰਕਾਰ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੇ ਆ ਕੇ ਪੰਜਾਬ ਦੇ ਸੁਧਾਰ ਕਰਾਵੇ ਅਤੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵੇ? ਮੇਰੇ ਹਿਸਾਬ ਨਾਲ ਅਕਾਲੀ ਦਲ ਆਉਣਾ ਚਾਹੀਦਾ। ਅਕਾਲੀ ਦਲ ਤੇ ਸਰ ਅਕਾਲੀ ਦਲ ਤੋਂ ਕੌਣ ਖੜਾ ਤੁਹਾਡੇ ਤੋਂ? ਸਾਡੇ ਬਰਾੜ ਸਾਹਿਬ ਖੜੇ ਆ। ਬਰਾੜ ਸਾਹਿਬ ਖੜੇ। ਕੀ ਲੱਗਦਾ ਕਿ ਸਰ ਅਗਰ ਅਕਾਲੀ ਦਲ ਆਊਗੀ ਉਹ ਕੰਮ ਕਰੂਗੇ? ਹਾਂਜੀ ਵਿਕਾਸ ਕਰੂਗੇ। ਵਿਕਾਸ ਕਰੂਗੇ। ਸਰ ਇਸ ਤੋਂ ਪਹਿਲਾਂ ਜਦ ਅਕਾਲੀ ਦਲ ਸੀ ਕਿ ਉਹਨਾਂ ਨੇ ਵਿਕਾਸ ਕੀਤੇ ਸੀ? ਕੀਤੇ ਵਿਕਾਸ ਉਹਨੇ ਕੀਤੇ ਸੀਗੇ। ਹਾਂ ਬਿਲਕੁਲ ਵਿਕਾਸ ਕੀਤੇ ਆ। ਤੇ ਸਰ ਗੱਲ ਕਰੀਏ ਪੰਜਾਬ ਜਿਹਦਾ ਨਸ਼ਿਆਂ ਦਾ ਦਰਿਆ ਬਣੀ ਜਾ ਰਿਹਾ ਉਹ ਨੌਕਰੀਆਂ ਵਿਕਾਸ ਨੌਕਰੀਆਂ ਨਹੀਂ ਆ ਏਰੀਏ 'ਚ ਵਿਕਾਸ ਨਹੀਂ ਆ ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੇ ਕਾਂਗਰਸ ਸਰਕਾਰ ਵੀ ਆਉਂਦੀ ਤਾਂ ਵੀ ਠੀਕ ਹੈ ਜੇ ਅਕਾਲੀ ਦਲ ਵੀ ਆਉਂਦਾ ਵੀ ਠੀਕ ਹੈ ਕਿਉਂਕਿ ਨਸ਼ਿਆਂ ਵਿੱਚੋਂ ਜਾਣੀ ਕਿ ਸਾਰਾ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਨਾਲ ਕਰਾ ਰਿਹਾ ਸੀਗਾ ਸਾਡੇ ਨੌਜਵਾਨ ਬਲਦੇ ਨੇ ਖਰਾਬ ਕਰਤੇ ਮੁੰਡੇ ਖਰਾਬ ਕਰਤੇ। ਤੇ ਹੁਣ ਸਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿੱਦਾਂ ਕਈ ਪਿੰਡਾਂ ਦੇ ਵਿਊ ਅਸੀਂ ਲਏ ਆ ਉਹਨਾਂ ਦਾ ਕਈ ਪਿੰਡਾਂ ਦੇ ਵਿੱਚ ਕਾਫੀ ਅੱਛਾ ਰੁਝਾਨ ਆ ਆਮ ਆਦਮੀ ਪਾਰਟੀ ਦਾ ਉਹਨਾਂ ਬਾਰੇ ਕੀ ਖਿਆਲ ਆ? ਜੀ ਆਮ ਆਦਮੀ ਪਾਰਟੀ ਇਸ ਵੇਲੇ ਸਾਡੇ ਇੱਧਰ ਪਾਸੇ ਨਹੀਂ ਹੈ ਮਾਲਵੇ 'ਚ ਹੈਗੀ ਜ਼ਰੂਰ ਮੰਨਦੇ ਹਾਂ ਉਦੋਂ ਉੱਧਰ ਹੈਗੀ ਹੈ ਪਰ ਸਾਡੇ ਇੱਧਰ ਦੁਆਬੇ 'ਚ ਨਹੀਂ ਹੈ। ਬਿਲਕੁਲ ਤੇ ਹੁਣ ਸਰ ਗੱਲ ਕਰੀਏ ਸਰਬਜੀਤ ਸਿੰਘ ਮੱਕੜ ਜੋ ਕਿ ਬੀਜੇਪੀ ਤੋਂ ਖੜੇ ਬੀਜੇਪੀ ਵੀ ਆਪਣੀ ਪੂਰੀਆਂ ਸੀਟਾਂ 'ਤੇ ਪਹਿਲੀ ਵਾਰ ਲੜਦੀ ਪਈ ਹੈ ਪੰਜਾਬ 'ਚ ਉਹਨਾਂ ਬਾਰੇ ਕੀ ਖਿਆਲ ਆ? ਮੇਰਾ ਕਹਿ ਰਿਹਾ ਬੀਜੇਪੀ ਘੱਟ ਹੀ ਕਰ ਪੰਜਾਬ 'ਚ ਜੋ 2 ਜਾਂ 3 ਸੀਟਾਂ ਜਿੱਤੂਗੀ ਇਸ ਤੋਂ ਬਾਅਦ ਨਹੀਂ ਜਿੱਤੇ। ਸਰ ਜਿੱਦਾਂ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਆ ਗਿਆ ਤੇ ਲੱਗਦਾ ਕਿ ਇੱਕ ਸਰਕਾਰ ਮਜ਼ਬੂਤ ਸਰਕਾਰ ਬਣਾਉਂਦੇ ਉਹ ਵਾਅਦੇ ਦਾਅਵੇ ਕਰ ਰਹੇ ਉਹ ਵਾਅਦੇ ਖਰੇ ਹੋਊਗੇ ਉਹਨਾਂ ਦੇ? ਦੇਖੋ ਕੈਪਟਨ ਅਮਰਿੰਦਰ ਸਿੰਘ ਜੱਸਾ ਦਾ ਉਹਦੇ ਬੰਦੇ ਨਹੀਂ ਜਿੱਤਣ ਗਏ। ਠੀਕ ਆ ਜੀ ਬੰਦੇ ਨਹੀਂ ਜਿੱਤੂਗੇ ਤੇ ਆਪਣੀ ਵੋਟ ਕਿਹਨੂੰ ਜਾਊਗੀ? ਸਾਡੀ ਅਕਾਲੀ ਦਲ ਦੀ ਜੀ। ਬਹੁਤ ਬਹੁਤ ਸ਼ੁਕਰੀਆ। ਤਕੜੀ ਦੀ। ਠੀਕ ਹੈ।
सो तुसी देखिया कि किस तरीके ना जिहड़े इलाके दे मोदवा लोग आ वो अपने विचार तुहाडे सामने रख रहे हैं। कुछ नौजवान बच्चे भी आ, असीं उन्हां नाल भी गलबात कर लैंदे आ, उन्हां दी भी राय जान लैंदे आ, उन्हां दी की राय आ और वो की कहना चाहते हैं। सर नमस्कार। नमस्कार सर जी। सर की नाम अपना? अजय कुमार। सर अजय कुमार जी, जिदा कि आप देखते पे वोटा चलती पी, इलैक्शन का दौर चलता पाया, हर पार्टी डोर टू डोर कर रही है, तो की वादे दावे किए जा रहे हैं इस बार? दावेदार सर की कह सकते हैं, मतलब चल रहा सिस्टम सारा ही, मतलब सब जबरा तो चल रहे हैं। बिल्कुल। तो की देखते हो सर सिस्टम के विच, केड़ी सरकार देखते हो जी सिस्टम के विच आके ये जड़े पिंड दे कार्य है वो करे, इलाके का सुधार करे, तो देश का सुधार करे, ताडे पंजाब का सुधार करे? तो सर जी हम कह नहीं सकते कुछ, मतलब जो भी है उपर जे है वो ही कर सकते हैं। बिल्कुल। सोच सही होनी, किनू देखते दे? हाँ सोच तो सही है, सोच तो ताड़ी वोट के नाल उन्हों की सोच सही होगी, ताड़े जोर के नाल उन्हों की वो जी उन्हों की सोच सही होगी। की जोर मार दे इस बार कि सरकार देखते हो? ये सारे जोर ला रहे सर जी, एक हम देखो तो तुम किनू देखते हो कि सरकार आनी चाहिए जेडे ताड़े काम करे, साढ़े बच्चों नौकरियां रोज़गार और साढ़े एरिए डिवेलपमेंट करे? ये सर जी हम इन्होंने डिपेंड है, मतलब उपर जे कर रहे हैं ना वो ही कर सकते हैं। बिल्कुल। तो करना तो सर अपनी वोट रखनी चाहिए, ताड़ी वोट के नाल ही सब कुछ होना, तो तुसी दसना चाहोगे? दसना मतलब ठीक है, वोट सही पावे सही बंदे ने जी सही सोच होगी, सही पार्टी पावे। सर अपना की नाम? विनोद कुमार जी। विनोद जी की देखते हो कि सरकार को देखते हो जो ताड़े एरिए दे काम करे, नौजवानों बारे नौकरियों बारे सोचे, पढ़ाई बारे सोचे? सर वादे तो सारे कर लेंगे है, देखो पूरा कोई नहीं करता है, पर देखो ऐतकी फिर भी अच्छी सरकार चुना असी, अपनी वोट सोच समझ के पावे किसी को। बिल्कुल। तो की देखते हो जिदा गल करिए कांग्रेस पार्टी की, आम आदमी पार्टी की, बीजेपी की, अकाली दल की, BSP की, या जेडे आजाद उम्मीदवार खड़े आ, किनू सपोर्ट करोगे? ऐतके जी आम आदमी असं सपोर्ट करने की सोचें, आम आदमी पार्टी सोचें, उन्होंने अगे लिया दिल्ली में बहुत काम किए उन्हें। की लगता कि दिल्ली के काम किए इतने भी करूँगा? इतने भी विकास करे दिल्ली किया उन्होंने। ठीक है जी। दिल्ली के काम किए आप कि पता लगा? पता लगता ही है रोज़ ही, सारे दसते ही है न्यूज़ के आता है, बाकी आप खबर पढ़ी दी रोज़ पता लगता ही है जी। ठीक है जी। काम किए जी उन्होंने पता लगता लगता कि अगर आम आदमी पार्टी की भगवंत मान जी आते तो वो सुधार करूंगे, सुधार करूंगे जी। बिल्कुल। बहुत बहुत शुक्रिया। सर अपना की नाम? सुरेंद्र कुमार। सुरेंद्र कुमार जी की लगता कि सरकार आनी चाहिए? सर ऐतकी तीसरे बंदे नूं मौका देना चाहिए, नवे बंदे नूं मौका देना चाहिए। ते किनूं मौका दोगे आप? मैं भगवंत मान नूं। भगवंत मान। हाँ। ते ताडे एरिए तो कैंट हल्के दी गल करिए, ते कौन MLA खड़े इत्थों? इत्थों कैंट तों हैगे आ, हां सुरिंदर सोढी है जी। नहीं नहीं, ताडी पार्टी जिहनूं तुसीं सपोर्ट कर रहे हो? आम आदमी पार्टी भाई। कौन हैगे आ? कौन आ मते वोटा पैंदियां ज्यादा नजर आ रही, ना कि असी जद गल करते हैं तो कई जगह इदा का होया कि इलाके दे विच विधायक कौन खड़ा, उन्होंने ये भी नहीं पता कि आम आदमी पार्टी तो कौन खड़ा, अकाली दल तो कौन, लेकिन CM चेहरे का पता कि CM कौन खड़ा और किनू CM देख रहा। चरणजीत सिंह चन्नी भगवंत मान बहुत ही ज़्यादा स्ट्रोंोंग फाइट होने वाली आ इस बार कि सरकार, असी सारी अपडेट जीरो रिपोर्ट ताे अपने चैनल पर तुम दिखावे, पूरे पंजाब भर दियाँ हर पिंड एरिए भी आवेंगे और दिखावे ताे एरिए कि विकास होया कि ज़्यादा विनाश होया। इस तरीके दोस्तों देखते रहो, साडे नाल बने रहो, होर भी असी लोगों नाल गलबात करते हैं, उन्हां दी राय ताडे तक लैके आने और देखते हैं इस बार पंजाब दे विच किहदी सरकार आऊगी। सो ये तुसी देखिया कि अज असी आके खड़े सी सोफी पिंड जंदर कैंट हल्के दे विच पेंदे सोफी पिंड, जिथे कि ताडी राय जनता की राय असी ताडे सामने रखी आ, कि उन्हां दी राय आ, की डिमांड आ, की विकास होया की विनाश होया सारा ताडे अपने चैनल पर जनता पब्लिक जनार्दन ने वो दस्या, ताडी की राय आ सानू कमेंट करके नाल दे नाल दस दिया करो, क्योंकि दोस्तों ताडा एक कमेंट साडा हौसला वधांदा, तुहानू इस खबर देख के
की लगता और इस बार कि सरकार आनी चाहिए, तुसी कमेंट करके अपनी राय दस सकते हो। इस बार पंजाब का सीएम किनू देखते हो, अपने इलाके का एमएलए किनू देखते हो, सानू कमेंट करके नाल दी नाल दसते रहो। जिदा कि असी देखा जनता जनार्दन के नाल गलबात की जो रुझान आ निकल के आ रहा अपने चैनल पर 80% 80 to 90% जो रुझान आ कांग्रेस पार्टी को जाता नज़र आ रहा, कितना कि आम आदमी पार्टी भी लोग चाह रहे, कितना कि जगवीर सिंह बराठ अकाली दल BSP भी चाह रहे हैं। तो इसी तरीके लोगों ने अपनी राय दसी, ताड़ी की राय तुसी सानू जरूर दसो। और दोस्तों अगर तुसी चाहते हो ताड़े एरिए असी आईए, ताड़ा चैनल आवे, ताड़ी आवाज़ बने, तो तुसी सानू कॉन्टैक्ट कर सकते हो, संपर्क कर सकते हो। साडा नंबर नीचे स्क्रीन पर चल रहा, सानू संपर्क करो, कॉन्टैक्ट करो, असी ताड़े एरिए आवेंगे, ताड़ी आवाज़ बनांगे और खबर प्रकाशित करांगे। जनता पब्लिक जनार्दन की आवाज़, ताड़ी आवाज़ सरकार के कन्नों तक पहुँचावे। इसी तरीके निडरता और सच्चाई के नाल देश दुनिया दी तमाम खबर अपने इस चैनल पर देखने, अपने इस चैनल को सबसक्राइब करो तो बैल बटन दबाओ। कैमरामैन शशि के नाल मैं सुनील कुमार, जलंधर कैंट सोफी पिंड।